ਹੋ ਗਿਆ ਹਰ ਜੁਮੇਰਾ ਦੀ ਸ਼ਾਮ ਨੂੰ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਪੰਜਾਬੀ ਜ਼ਬਾਨ ਦੇ ਨਾਲ ਗੱਲ ਕਰਨੇ ਆ ਪਾਕਿਸਤਾਨ ਤੇ ਪੂਰੀ ਦੁਨੀਆ ਜਿੱਥੇ ਸਾਡੇ ਪੰਜਾਬੀ ਭੈਣ ਭਰਾ ਵਸਦੇ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਨੇ ਆ ਤੇ ਮੁਲਕੇ ਮੁਖਤਲਿਫ ਸਿਆਸੀ ਸਮਾਜੀ ਮੌਜੂਦਾਤ ਦੇ ਉੱਪਰ ਅਸੀਂ ਗੱਲਬਾਤ ਕਰੀ ਦੀ ਹੈ ਨਾਜ਼ਰੀਨ ਮੈਂ ਅੱਜ ਕੱਲ੍ਹ ਪਾਕਿਸਤਾਨ 'ਚ ਆਇਆ ਹੋਇਆ ਅਤੇ ਇਹ ਪ੍ਰੋਗਰਾਮ ਪਾਕਿਸਤਾਨ ਬੈਠ ਕੇ ਕਰ ਰਹੇ ਹਾਂ ਇਹਦੇ ਵਾਸਤੇ ਸਾਡੀ ਸਕੂਲ ਕਲਾ ਨਹੀਂ ਲੈ ਸਕਾਂਗੇ ਲੇਕਿਨ ਇਹਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਤੁਹਾਡੇ ਨਾਲ ਦੁਨੀਆ ਮੁਖਤਲਿਫ ਦੋਸਤਾਂ ਨਾਲ ਮੁਲਾਕਾਤ ਕਰਾਈਏ ਉਹਨਾਂ ਨਾਲ ਗੱਲਬਾਤ ਕਰੀਏ ਪਾਕਿਸਤਾਨ ਦੇ ਬਾਰੇ ਅਤੇ ਦੁਨੀਆ ਭਰ 'ਚ ਜਿਸ ਲਈ ਕਰੋਨਾ ਦੀ ਸੂਰਤ ਹਾਲ ਉੱਤੇ ਗੱਲ ਕਰਾਂਗੇ ਪਾਕਿਸਤਾਨ ਦੇ ਸਿਆਸੀ ਹਾਲਾਤ 'ਤੇ ਵੀ ਗੱਲ ਕਰਾਂਗੇ ਅਤੇ ਸਾਡੇ ਨਾਲ ਅੱਜ 4 ਮਹਿਮਾਨ ਨੇ ਲੇਕਿਨ ਸਾਨੂੰ ਕੁਝ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਕਿਉਂਕਿ ਅਸੀਂ ਆਪਣੇ ਸਟੂਡੀਓ ਤੋਂ ਪ੍ਰੋਗਰਾਮ ਨਹੀਂ ਕਰ ਰਹੇ ਅਤੇ ਉਹਦੀ ਵਜ੍ਹਾ ਕਰਕੇ ਸਾਡੇ ਨਾਲ ਅੱਜ ਵੈਸੇ ਮਹਿਮਾਨ ਜਿਹਦੇ ਨਾਲ ਇੱਕ ਸਾਡੇ ਨਾਲ ਖਾਲਦ ਸਈਦ ਸਾਬਕ ਐਮ ਪੀ ਸਾਹਿਬ ਨੇ ਫੈਸਲਾਬਾਦ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨਾਲ ਰਾਬਤਾ ਹੋ ਜਾਵੇ ਡਾਕਟਰ ਰੁਬੀਨਾ ਅਖਤਰ ਨੇ ਪੀ ਟੀ ਆਈ ਦੀ ਵੁਮਨ ਵਿੰਗ ਸਾਊਥ ਪੰਜਾਬ ਦੀ ਪ੍ਰੈਜੀਡੈਂਟ ਉਹ ਵੀ ਸਾਡੇ ਨਾਲ ਲਾਈਨ 'ਤੇ ਆਉਂਦੀ ਅਸੀਂ ਫੁੱਲ ਟਰਾਈ ਕਰ ਰਹੇ ਹਾਂ ਸਾਡਾ ਥੋੜ੍ਹਾ ਮਸਲਾ ਟੈਕਨੀਕਲ ਆ ਰਿਹਾ ਅਤੇ ਜਨਾਬ ਉਸ ਤੋਂ ਇਲਾਵਾ ਅਹਿਮਦ ਸ਼ਹਜ਼ਾਦ ਸਾਹਿਬ ਨੇ ਮਸਕਤ ਤੋਂ ਬੜੇ ਅੱਛੇ ਸ਼ਾਇਰ ਨੇ ਅਤੇ ਬੜੀ ਅੱਛੀ ਉਹਨਾਂ ਦੀ ਹਾਲਾਤ ਹਾਜ਼ਰਾਂ 'ਤੇ ਨਜ਼ਰ ਆਉਂਦੀ ਹੈ ਅਤੇ ਉਸ ਤੋਂ ਇਲਾਵਾ ਜਨਾਬ ਸ਼ਕੀਲ ਕਮਰ ਸਾਹਿਬ ਸਾਨੂੰ ਇੰਗਲੈਂਡ 'ਤੇ ਜੁਆਇਨ ਕਰਨਗੇ ਅਸੀਂ ਕੋਸ਼ਿਸ਼ ਕਰ ਰਹੇ ਪੂਰੀ ਦੁਨੀਆ ਤੋਂ ਆਪਣੇ ਦੋਸਤਾਂ ਸਾਥੀਆਂ ਨੂੰ ਬੁਲਾਈਏ ਅਤੇ ਗੱਲਬਾਤ ਕਰੀਏ ਤੁਹਾਡੇ ਨਾਲ ਅਤੇ ਉਹਦੇ ਨਾਲ ਅਸੀਂ ਗੱਲਬਾਤ ਤੁਹਾਡੀ ਵੀ ਸੁਣੀਏ ਅਤੇ ਆਪਣੀ ਵੀ ਕਰੀਏ ਅਤੇ ਅੱਜ ਸਾਡੇ ਨਾਲ ਮੌਜੂਦ ਅਸੀਂ ਮਹਿਲ ਸਾਡੇ ਨਾਲ ਅਹਿਮਦ ਸ਼ਹਜ਼ਾਦ ਸਾਹਿਬ ਤਸ਼ਰੀਫ ਲੈ ਚੁੱਕੇ ਨੇ ਅਤੇ ਮੈਂ ਉਹਨਾਂ ਨਾਲ ਗੱਲ ਕਰਨੀ ਚਾਹਾਂਗਾ ਅਹਿਮਦ ਸਾਹਿਬ ਬਹੁਤ ਸ਼ੁਕਰੀਆ ਜਨਾਬ ਤੁਹਾਡਾ ਮੇਰੀ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈ ਜੀ ਜੀ ਅਹਿਮਦ ਸਾਹਿਬ ਅੱਛਾ ਜੀ ਅਤੇ ਸ਼ਕੀਲ ਕਮਰ ਸਾਹਿਬ ਤੁਸੀਂ ਤਸ਼ਰੀਫ ਲਿਆਓ ਜਨਾਬ ਬਹੁਤ ਸ਼ੁਕਰੀਆ ਤੁਹਾਡਾ ਵੀ ਅਤੇ ਤੁਸੀਂ ਵੀ ਆ ਗਏ ਪ੍ਰੋਗਰਾਮ ਤੁਹਾਡੀ ਤਬੀਅਤ ਠੀਕ ਹੈ ਜਨਾਬ ਲੱਗਦਾ ਤੁਹਾਨੂੰ ਸੁੱਤੇ ਪੈਣ ਜਗ੍ਹਾ ਹੈ ਕਿ ਅੱਜ ਹੈ ਜੀ ਆਵਾਜ਼ ਆ ਰਹੀ ਹੈ ਥੈਂਕ ਯੂ ਵੈਰੀ ਮਚ ਜੀ ਸ਼ਕੀਲ ਕਮਰ ਸਾਹਿਬ ਨੂੰ ਜੀ ਬਿਲਕੁਲ ਆ ਰਹੀ ਜੀ ਸ਼ਕੀਲ ਕਮਰ ਸਾਹਿਬ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਜਨਾਬ ਵਾਲੇਕੁਮ ਅਸਲਾਮ ਅਸੀਂ ਅੱਜ ਜਨਾਬ ਗੱਲ ਕਰਾਂਗੇ ਪਾਕਿਸਤਾਨ ਵਿੱਚ ਕਰੋਨਾ ਦੀ ਅਤੇ ਯੂਕੇ ਵਿੱਚ ਕਰੋਨਾ ਅਤੇ ਮਸਕਤ 'ਚ ਕਰੋਨਾ ਦੀ ਕਿਉਂਕਿ ਸਾਡਾ ਚਲੋ ਤਿੰਨ ਦੁਕਾਨ ਤੋਂ ਸਾਡਾ ਦੋਸਤ ਬੈਠੇ ਅਤੇ ਮੈਂ ਜਨਾਬ ਲਾਹੌਰ ਬੈਠਾ ਮੈਂ ਅੱਜ ਅਸੀਂ ਸੂਰਤ ਹਾਲ ਦੇ ਵਾਲਾ ਸਟਾਰਟ ਕਰ ਰਹੇ ਹਾਂ ਕਰੋਨਾ ਦੀ ਸੂਰਤ ਹਾਲ 'ਤੇ ਅਤੇ ਮੈਂ ਜਨਾਬ ਸ਼ੁਰੂ ਕਰਾਂਗਾ ਮਸਕਤ ਜੋ ਸਾਡੇ ਜਨਾਬ ਡਾਕਟਰ ਅਹਿਮਦ ਸ਼ਹਜ਼ਾਦ ਸਾਹਿਬ ਨੇ ਅਹਿਮਦ ਸਾਹਿਬ ਕੀ ਸੂਰਤ ਹਾਲ ਹੈ ਮਸਕਤ ਵਿੱਚ ਕਰੋਨਾ ਦੀ ਇਸ ਟਾਈਮ ਕਿਸ ਕੀ ਮਾਮਲਾ ਚੱਲ ਰਿਹਾ ਉਸ ਲੈ ਕੇ ਕਿੰਨੀ ਖਤਰਨਾਕ ਸੂਰਤ ਹਾਲ ਹੈ ਮਸਕਤ 'ਚ ਖਤਰਨਾਕ ਸੂਰਤ ਹਾਲ ਐਡੀ ਨਹੀਂ ਹੈ ਲੇਕਿਨ ਇਹ ਹੈਗਾ ਕਿ ਮਸਕਤ 'ਚ ਜਿਹੜਾ ਪ੍ਰੀਵੈਂਟਿਵ ਵੇਅਰ ਲਏ ਜਾ ਰਹੇ ਨੇ ਮੇਅਰ ਲਏ ਜਾ ਰਹੇ ਨੇ ਉਹ ਬੜੇ ਅੱਛੇ ਨੇ ਇੱਥੇ ਬਹੁਤ ਜ਼ਿਆਦਾ ਸਖਤੀ ਹੈ ਸਰ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸ਼ਾਇਦ ਦੁਨੀਆ ਦੇ ਕਿਸ ਖਿੱਤੇ 'ਚ ਇੰਨੀ ਸਖਤੀ ਹੋਵੇ ਜਿੰਨੀ ਇੱਥੇ ਇੱਥੇ ਇੱਕ ਤਾਂ ਇਹ ਕਿ ਮਾਸਕ ਪਾਉਣਾ ਹਰ ਲਮਹੇ ਲਾਜ਼ਮੀ ਹੈ ਤੁਸੀਂ ਘਰ ਨਿਕਲਦੇ ਹੋ ਤਾਂ ਮਾਸਕ ਬੜਾ ਜ਼ਰੂਰੀ ਹੈ ਦੂਸਰਾ ਇੱਥੇ ਬਹੁਤ ਸਾਰੀ ਤਕਰੀਬਾਤ 'ਤੇ ਪਾਬੰਦੀ ਹੈ ਤੁਸੀਂ ਕੋਈ ਤਕਰੀਬ ਨਹੀਂ ਕਰ ਸਕਦੇ ਮਸਜਿਦਾਂ ਇਹਨਾਂ ਨੇ ਇਹ ਸਿਰਫ 15 ਨਵੰਬਰ ਨੂੰ ਖੋਲੀਆਂ ਜੇ ਸਿਰਫ 2-3 ਦਿਨ ਪਹਿਲੇ ਖੋਲੀਆਂ ਔਰ ਉਹ ਤੁਹਾਨੂੰ ਮਸਜਿਦਾਂ ਦਾ ਮੈਂ ਹਾਲ ਦੱਸ ਦਿਆਂ ਕਿ ਔਰ ਜੇ ਤੁਸੀਂ ਨਾ ਉੱਥੇ ਵਜ਼ੂ ਕਰ ਸਕਦੇ ਹੋ ਤਾਂ ਨਾ ਔਰ ਵਾਸ਼ਰੂਮ ਇਸਤੇਮਾਲ ਕਰ ਸਕਦੇ ਹੋ ਪ੍ਰੇ ਮੈਟ ਯਾਨੀ ਜਾਇ ਨਮਾਜ਼ ਘਰ ਤੋਂ ਲੈ ਕੇ ਆਓਗੇ ਔਰ 15-20 ਮਿੰਟ ਦੇ ਅੰਦਰ ਨਮਾਜ਼ ਖਤਮ ਹੁੰਦੇ ਨਾਲ ਹੀ ਮਸਜਿਦ ਬੰਦ ਹੋ ਜਾਏਗੀ ਠੀਕ ਹੈ ਇੱਥੇ ਯਾਨੀ ਇੰਨੀ ਸਖਤੀ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਯਾਨੀ ਕਿ 100 ਰਿਆਲ ਜੁਰਮਾਨਾ ਜੇ ਇੱਥੇ ਯਾਨੀ 200 ਪਾਉਂਡ ਬਰਤਾਨਵੀ ਜਿਹੜਾ ਨਾ ਮਾਸਕ ਨਾ ਪਾਉਣ 'ਤੇ ਜੁਰਮਾਨਾ ਜੇ ਔਰ ਕੋਈ ਸ਼ਖਸ ਇਸ ਤੋਂ ਮੁਬਰਾ ਨਹੀਂ ਹੈ ਚਾਹੇ ਉਹ ਖਾਰਜੀ ਯਾਨੀ ਕਿ ਐਕਸਪੈਕਟਰੀਏਟ ਹੈ ਜਾਂ ਉਮਾਨੀ ਜੋ ਹੈ ਉੱਥੋਂ ਦਾ ਮਸਕਤ ਦੇ ਨੇ ਅਤੇ ਲਿਹਾਜ਼ਾ ਕਾਨੂੰਨ ਬੜਾ ਸਖਤ ਹੈ ਇਸ ਤੋਂ ਪਹਿਲੇ ਇਹਨਾਂ ਨੇ ਲੋਕਡਾਊਨ ਲਾਇਆ ਸੀ ਔਰ ਉਹਦੇ 'ਚ ਇੰਨੀ ਜ਼ਿਆਦਾ ਸਖਤੀ ਸੀ ਕਿ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਅਗਰ ਕੋਈ ਖਾਰਜੀ ਫੜਾਇਆ ਜਾਂਦਾ ਸੀ ਤਾਂ ਉਹਨੂੰ 3 ਮਹੀਨੇ ਜੇਲ੍ਹ ਵੀ ਹੈ ਅਤੇ ਉਸ ਤੋਂ ਬਾਅਦ ਉਹਨੂੰ ਡਿਪੋਰਟ ਕੀਤਾ ਜਾਏ ਅਤੇ ਜਿਹੜਾ ਉਮਾਨੀ ਹੈ ਉਹਨੂੰ ਯਾਨੀ ਅੰਦਾਜ਼ਾ ਲਗਾਓ ਕਿ 600 ਰਿਆਲ ਜੁਰਮਾਨਾ ਯਾਨੀ 1200 ਪਾਉਂਡ ਜੁਰਮਾਨਾ ਅੱਛਾ ਜੀ ਤਾਂ ਇਸ ਹਕੂਮਤ ਨੇ ਇੱਥੇ ਕਾਫੀ ਜ਼ਿਆਦਾ ਸਖਤੀ ਕੀਤੀ ਹੈ ਔਰ ਅਲਹਮਦੁਲਿਲਾ ਔਰ ਨਤਾਇਜ ਵੀ ਮਿਲ ਰਹੇ ਨੇ ਕਿ ਕਾਫੀ ਅੱਛਾ ਜਾ ਰਿਹਾ ਬਿਹਤਰ ਜਾ ਰਿਹਾ ਕਿਉਂਕਿ ਜਿੰਨੇ ਵੀ ਹਿਫਾਜ਼ਤੀ ਮਯਰਮੈਂਟ ਨੇ ਉਹ ਲੈ ਜਾ ਰਹੇ ਨੇ ਇਹ ਕਰੋਨਾ ਦੀ ਇਹ ਸੂਰਤ ਹਾਲ 'ਤੇ ਇੱਥੇ ਕਿ ਇੱਥੇ ਕੇਸਿਸ ਹੁਣ ਘੱਟ ਰਹੇ ਨੇ ਆਹਿਸਤਾ ਆਹਿਸਤਾ ਘੱਟ ਰਹੇ ਨੇ ਕਿਉਂਕਿ ਇਸ ਔਰ ਦੂਸਰਾ ਹੈ ਕਿ ਇੱਥੇ ਜਿਹੜਾ ਬਾਹਰੋਂ ਆ ਰਿਹਾ ਬੰਦਾ ਯਾਨੀ ਉਹ ਕੁਆਰੰਟੀਨ ਲਾਜ਼ਮੀ ਉਹਨੇ 14 ਦਿਨ ਦਾ ਕਰਨਾ ਹੈ ਔਰ ਉਹਨੂੰ ਇੱਕ ਬਰੈਸਲੈਟ ਪਹਿਨਾ ਦਿੰਦੇ ਨੇ ਔਰ ਬਰੈਸਲੈਟ ਜਿਹੜਾ ਹੈ ਉਹ GPS ਸਿਸਟਮ ਦੇ ਨਾਲ ਹੈ ਤੁਸੀਂ ਅਗਰ ਘਰੋਂ ਬਾਹਰ ਨਾਲੇ ਉਹਨੂੰ ਇੱਕ ਐਪ ਦੇ ਨਾਲ ਵੀ ਉਹਨੂੰ ਮੁਨਸਲਿਕ ਕੀਤਾ ਗਿਆ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਯਾਨੀ 30 ਮੀਟਰ ਘਰ ਦੇ ਅੰਦਰ ਮਹਿਦੂਦ ਹੋ ਤੁਸੀਂ ਉਸ ਤੋਂ ਇਲਾਵਾ ਜਦੋਂ ਬਾਹਰ ਨਿਕਲੋਗੇ ਤੁਹਾਨੂੰ ਕਾਲ ਆ ਜਾਏਗੀ ਜਾਂ ਔਰ ਤੁਹਾਨੂੰ ਕੋਈ ਫਿਰ ਉਹ ਵੇਅਰ ਅਬਾਊਟਸ ਕਰਨੇ ਪੈਣਗੇ ਤੇ ਲਿਹਾਜ਼ਾ ਬਹੁਤ ਸਾਰੇ ਲੋਕਾਂ ਨੇ ਅਗਰ ਜਿਹਨਾਂ ਨੇ ਇਹਦੀ ਕਾਨੂੰਨ ਦੀ ਖਿਲਾਫਤ ਨਹੀਂ ਕੀਤੀ ਉਹਨਾਂ ਨੂੰ ਉਹਨਾਂ ਨੇ ਜੇਲ੍ਹ 'ਚ ਬੰਦ ਕਰ ਦਿੱਤਾ ਕਿ ਇਹ ਹਿਫਾਜ਼ਤੀ ਜਿਹੜੇ ਮਯਰਮੈਂਟ ਨੇ ਉਹ ਬੜੀ ਜ਼ਰੂਰੀ ਨੇ ਅਤੇ ਕਰੋਨਾ ਦੇ ਬਾਰੇ 'ਚ ਖਾਸੀ ਸਖਤੀ ਹੈ ਇਸ ਮੁਲਕ ਦੇ ਵਿੱਚ
ਕਿ ਤੁਸੀਂ ਆਮ ਹਾਲਾਤ ਜਿੱਥੇ ਦੁਨੀਆ 'ਚ ਮੈਂ ਮੈਂਚੈਸਟਰ ਵੀ ਦੇਖ ਕੇ ਆਇਆ ਜੇ ਜੀ ਜੀ ਤੇ ਕੀ ਸਮਝਦੇ ਸਖਤੀ ਦੇ ਨਾਲ ਕਰੋਨਾ ਦੇ ਜਿਹੜੇ ਇਫੈਕਟਸ ਹਨ ਉਹਦੇ ਅਸਰਾਂ ਸਰ ਕੁਝ ਘਟੇ ਨੇ ਬਾਕੀ ਹਾਂ ਜੀ ਬਹੁਤ ਘਟੇ ਨੇ ਬਹੁਤ ਜ਼ਿਆਦਾ ਘਟੇ ਨੇ ਪਹਿਲੇ ਬਹੁਤ ਜ਼ਿਆਦਾ ਸੀ ਕਿਉਂਕਿ ਪਬਲਿਕ ਗੈਦਰਿੰਗ ਬਹੁਤ ਜ਼ਿਆਦਾ ਹੋ ਜਾਂਦੀ ਸੀ ਤੇ ਇੱਥੋਂ ਦੀ ਗੌਰਮੈਂਟ ਨੇ ਖਾਸ ਹੈ ਉਹਦੇ 'ਤੇ ਕੰਮ ਕੀਤਾ ਹੈ ਔਰ ਉਹਨੂੰ ਘੱਟ ਕਰਨ ਵਾਸਤੇ ਇਹ ਸਾਰੇ ਜਿਹੜੇ ਲਏ ਨੇ ਉਹਨਾਂ ਨੇ ਆਪਣਾ ਸਟੈਪ ਚੁੱਕੇ ਨੇ ਉਹਦੇ ਨਾਲ ਅਲਹਮਦੁਲਿਲਾ ਇੱਥੇ ਕਰੋਨਾ ਘੱਟ ਗਿਆ ਪਹਿਲੇ ਤੋਂ ਨਿਸਬਤ ਬਹੁਤ ਘੱਟ ਹੈ ਠੀਕ ਠੀਕ ਬਹੁਤ ਸ਼ੁਕਰੀਆ ਜਨਾਬ ਅਹਿਮਦ ਸ਼ਾਹ ਸਾਹਿਬ ਮਸਕੋ ਤੋਂ ਤੁਹਾਡੇ ਨਾਲ ਗੱਲ ਕਰ ਰਹੇ ਸਨ ਜਨਾਬ ਸ਼ਕੀਰ ਕਮਰ ਸਾਹਿਬ ਕੀ ਸੂਰਤ ਹਾਲ ਹੈ ਮੈਨਚੈਸਟਰ ਦੀ ਅਤੇ ਓਵਰਆਲ ਯੂਕੇ ਦੀ ਸਰ ਬੜਾ ਸਾਹਿਬ ਸ਼ੁਕਰੀਆ ਤੁਹਾਡਾ ਗੱਲ ਇਹ ਹੈਗੀ ਹੈ ਕਿ ਮੈਨਚੈਸਟਰ ਦੇ ਹਾਲਾਤ ਔਰ ਯੂਕੇ ਦੇ ਹਾਲਾਤ ਤੇ ਇੰਨੇ ਅੱਛੇ ਨਹੀਂ ਕਿ ਜਿੰਨੇ ਆਪਣਾ ਸ਼ਹਿਜ਼ਾਦ ਸਾਹਿਬ ਕਹਿ ਰਹੇ ਸਨ ਮਸਕਤ ਦੇ ਬਿਹਤਰ ਨੇ ਮੈਂ ਬੜਾ ਇੰਪ੍ਰੈਸ ਹੋਇਆ ਉੱਥੇ ਉਹਨਾਂ ਦੇ ਗੱਲ ਸੁਣ ਕੇ ਲੇਕਿਨ ਇੱਥੇ ਦੇ ਹਾਲਾਤ ਜਿਹੜੇ ਨੇ ਕਿ ਮਤਲਬ ਗੌਰਮੈਂਟ ਵੱਲੋਂ ਕੋਈ ਐਸੀ ਗੱਲ ਨਹੀਂ ਗੌਰਮੈਂਟ ਸਖਤੀ ਕਰ ਰਹੀ ਹੈ ਜਿੰਨੇ ਮੇਜਰ ਗੌਰਮੈਂਟ ਲੈ ਸਕਦੀ ਹੈ ਤੁਹਾਨੂੰ ਵੀ ਪਤਾ ਹੈ ਇੱਥੇ ਮਤਲਬ ਕਾਨੂੰਨ ਦੀ ਸਖਤੀ ਹੁੰਦੀ ਹੈ ਗੌਰਮੈਂਟ ਨੇ ਕਾਫੀ ਐਲਾਨ ਕੀਤੇ ਨੇ ਮਸਜਿਦਾਂ ਸਾਡੀਆਂ ਬਿਲਕੁਲ ਬੰਦ ਨੇ ਤਕਰੀਬਨ ਜੁਮੇ ਦੀ ਨਮਾਜ਼ ਤੱਕ ਤੁਸੀਂ ਮਸਜਿਦ 'ਚ ਨਹੀਂ ਪੜ੍ਹ ਸਕਦੇ ਸਾਰੀਆਂ ਨਮਾਜ਼ਾਂ ਘਰ ਹੀ ਪੜ੍ਹ ਰਹੇ ਹਾਂ ਔਰ ਮਸਜਿਦ ਤੇ ਜਾਂਦੇ ਹੀ ਨਹੀਂ ਬਿਲਕੁਲ ਔਰ ਉਸ ਤੋਂ ਇਲਾਵਾ ਮਤਲਬ ਬਿਲਕੁਲ ਲਾਕਡਾਊਨ ਜੋ ਹੈ ਉਹ ਬੜਾ ਕਾਮਯਾਬ ਜਾ ਰਿਹਾ ਹੈ ਉਸ ਤਰ੍ਹਾਂ ਬਾਹਰ ਨਹੀਂ ਲੋਕ ਜਾਂਦੇ ਲੇਕਿਨ ਪ੍ਰੋਬਲਮ ਇਹ ਹੈ ਕਿ ਜਿਹੜੀਆਂ ਗੌਰਮੈਂਟ ਦੀਆਂ ਜਿੰਨੀਆਂ ਵੀ ਐਲਾਨਤ ਨੇ ਉਹਨਾਂ ਤੇ 100% ਅਮਲ ਨਹੀਂ ਹੋ ਰਿਹਾ ਮੈਂ ਖੁਦ ਦੇਖਿਆ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਇਹ ਹੁਣੀ ਹੈ ਨਾ ਜਦੋਂ ਤੁਸੀਂ ਪਾਕਿਸਤਾਨ ਗਏ ਹੋ ਤੇ ਤੁਹਾਨੂੰ ਫਲਾਈਟ ਮਿਲ ਗਈ ਮੈਨੂੰ ਫਲਾਈਟ ਨਹੀਂ ਮਿਲ ਸਕੀ ਇਸ ਤਰ੍ਹਾਂ ਹੋਰ ਕਈ ਦੋਸਤਾਂ ਨੂੰ ਮੈਂ ਦੇਖ ਰਿਹਾ ਉਹਨਾਂ ਨੂੰ ਫਲਾਈਟਾਂ ਮਿਲ ਰਹੀਆਂ ਨੇ ਔਰ ਜਿਸ ਤਰ੍ਹਾਂ ਸ਼ਹਿਜ਼ਾਦ ਸਾਹਿਬ ਨੇ ਕਿਹਾ ਕਿ ਉੱਥੇ ਕੁਆਰੰਟਾਈਨ ਬੜਾ ਸਖਤ ਹੈਗਾ ਲੇਕਿਨ ਇੱਥੇ ਕੋਈ ਮਸਲਾ ਨਹੀਂ ਜਿਹੜੇ ਦੋਸਤ ਮੇਰੇ ਪਾਕਿਸਤਾਨ ਨੂੰ ਆਏ ਨੇ ਉਹ ਵੀ ਮਿਲਣ ਆ ਗਏ ਨੇ ਫਿਰ ਰਹੇ ਨੇ ਮਤਲਬ ਆਪਣਾ ਕੰਮ ਸ਼ੰਮ ਕਰ ਰਹੇ ਨੇ ਜਿਹੜੇ ਤੇ ਇਹਦਾ ਮਕਸਦ ਹੈਗਾ ਕਿ ਇੱਥੇ ਕੋਈ ਉਹ ਸਫ਼ਰ ਨਹੀਂ ਗਾ ਜਿਹੜਾ ਬਹੁਤ ਜ਼ਰੂਰੀ ਹੋਣਾ ਚਾਹੀਦਾ ਹੈ ਮਤਲਬ ਆਪਣੇ ਆਪ ਨੂੰ 14 ਦਿਨ ਆਈਸੋਲੇਸ਼ਨ 'ਚ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਹਦੇ ਨਾਲ ਵਾਕਿਆ ਹੀ ਇਹ ਆਪਣਾ ਕਰੋਨਾ ਘੱਟ ਜਾਂਦਾ ਹੈ ਕੰਟਰੋਲ ਹੋ ਜਾਂਦਾ ਹੈ ਘਟਨਾ ਦੇ ਉਦੋਂ ਗੱਲ ਹੈਗੀ ਕਿ ਅਗਰ ਇਸ ਤਰ੍ਹਾਂ ਲੋਕ ਉਹਦਾ ਗੌਰਮੈਂਟ ਦੇ ਜਿਹੜੇ ਐਲਾਨਾਂ ਤੇ ਉਹਨਾਂ ਦੇ ਅਮਲ ਨਹੀਂ ਕਰਨਗੇ ਤੇ ਉਹਦਾ ਨਤੀਜਾ ਤਾਂ ਇਹੋ ਹੀ ਹੋਏਗਾ ਕਿ ਫਿਰ ਉਹ ਟੋਟਲ ਜੋ ਡਿਸੀਜ਼ ਹੈ ਬਿਮਾਰੀ ਹੈ ਉਹ ਕੰਟਰੋਲ ਨਹੀਂ ਹੋ ਸਕੇਗੀ ਤੇ ਇੱਥੇ ਇਹੋ ਹੀ ਹੋ ਰਿਹਾ ਕਿ ਇੱਥੇ ਅਸਲੀ ਕੰਟਰੋਲ ਨਹੀਂ ਹੈ ਕੰਮ ਵੱਧ ਰਿਹਾ ਹੈ ਔਰ ਉਹਦਾ ਜ਼ਾਹਿਰ ਹੈ ਕਿ ਆਫਟਰ ਆਲ ਨੁਕਸਾਨ ਤੇ ਲੋਕਾਂ ਨੂੰ ਹੀ ਪਹੁੰਚ ਰਿਹਾ ਜਿੰਨਾ ਵੀ ਹੈ ਲੋਕ ਹੀ ਪਰੇਸ਼ਾਨ ਨੇ ਲੇਕਿਨ ਉਹਦਾ ਉਹਦੀ ਵਾਹਿਦ ਵਜ੍ਹਾ ਕਿ ਗੌਰਮੈਂਟ ਮੇਰਾ ਖਿਆਲ ਜੋ ਕੁਛ ਕਰ ਸਕਦੀ ਸੀ ਇਤਿਹਾਦ ਤੇ ਉਹ ਜਾ ਕੇ ਇਕਦਾਮਾਤ ਲੈ ਰਹੀ ਹੈ ਜਿਸ ਨਾਲ ਤੁਹਾਨੂੰ ਪਤਾ ਹੈ ਕਿ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਨੂੰ ਵੀ ਖੁਦ ਵੀ ਮਤਲਬ ਆਈਸੋਲੇਸ਼ਨ 'ਚ ਨੇ ਲੇਕਿਨ ਉਹ ਕੰਮ ਵੀ ਕਰ ਰਹੇ ਨੇ ਪਰ ਬਹੁਤ ਮਸਲਾ ਇਸ ਤਰ੍ਹਾਂ ਜ਼ਿਆਦਾ ਖਰਾਬ ਹੈ ਕਿ ਲੋਕ ਓਬੇ ਨਹੀਂ ਕਰ ਰਹੇ ਆਵਾਮ ਜਦ ਤੱਕ ਇਹਨੂੰ ਫਾਲੋ ਨਹੀਂ ਕਰਨਗੇ ਤੇ ਇਹਦਾ ਕੋਈ ਚਾਂਸ ਨਹੀਂ ਘਟਣ ਦਾ ਕਿਉਂਕਿ ਇਹਦੀ ਸਾਰੀਆਂ ਇਹਤਿਆਤੀ ਤਦਾਬੀਰ ਨੇ ਦੂਸਰੀ ਚੀਜ਼ ਅਸੀਂ ਦੇਖ ਰਹੇ ਹਾਂ ਇਸ ਵੇਲੇ ਕਿ ਬੜਾ ਹੈ ਚਰਚਾ ਕਿ ਉਹਦਾ ਵੈਕਸੀਨ ਆ ਗਈ ਹੈ ਲੇਕਿਨ ਵੈਕਸੀਨ ਦਾ ਹਾਲੇ ਤੱਕ ਮਤਲਬ ਆਵਾਮ ਤੱਕ ਪਹੁੰਚਣ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਅਗਰ ਉਹ ਪਹੁੰਚੇਗੀ ਇੱਥੇ ਜਾਂ ਗੌਰਮੈਂਟ ਦੀ ਸਤਹ ਤੇ ਆ ਵੀ ਜਾਏਗੀ ਤੇ ਮਖਸੂਸ ਲੋਕਾਂ ਨੂੰ ਹੀ ਦਿੱਤੀ ਜਾਏਗੀ ਇੱਕ ਉਮਰ ਦੀ ਹੱਦ ਤੱਕ ਉਸ ਤੋਂ ਬਾਅਦ ਆਮ ਜਿਹੜੇ ਮਰੀਜ਼ ਨੇ ਉਹਨਾਂ ਤੱਕ ਉਦੋਂ ਪਹੁੰਚੇਗੀ ਉਹਨੂੰ ਕਾਫੀ ਟਾਈਮ ਲੱਗੇਗਾ ਉਸ ਵਜ੍ਹਾ ਨਾਲ ਥੋੜੀ ਜਿਹੀ ਮਾਯੂਸੀ ਹੋ ਰਹੀ ਹੈ ਲੇਕਿਨ ਮੇਰੀ ਨਜ਼ਰ 'ਚ ਇਹ ਹੈ ਕਿ ਵਾਹਿਦ ਰਸਤਾ ਇਹ ਹੈ ਕਿ ਅਗਰ ਆਵਾਮ ਗੌਰਮੈਂਟ ਦੇ ਹਕੂਮਤ ਦੇ ਐਲਾਨਾਂ ਨੂੰ ਓਬੇ ਕਰਨ ਹਕੂਮਤ ਦੇ ਨਾਲ ਪ੍ਰੋਪਰ ਤਾਵਨ ਕਰਨ ਤੇ ਉਹਦਾ ਬੜਾ ਫਾਇਦਾ ਪਹੁੰਚੇਗਾ ਠੀਕ ਹੈ ਇੱਥੇ ਵੀ ਜੁਰਮਾਨੇ ਕੀਤੇ ਜਾਂਦੇ ਨੇ ਇੱਥੇ ਵੀ ਆਪਣਾ ਵਿਜ਼ਿਟ ਹੋ ਰਿਹਾ ਜਿਹੜੇ ਹਕੂਮਤ ਦੇ ਕਾਰਿੰਦੇ ਨੇ ਪੁਲਿਸ ਹੈ ਉਹ ਅੱਛੀ ਤਰ੍ਹਾਂ ਵਿਜ਼ਿਟ ਕਰ ਰਹੀ ਹੈ ਲੇਕਿਨ ਚੂੰਕਿ ਇੱਥੇ ਪ੍ਰੋਬਲਮ ਇਹ ਕਿ ਇਸ ਦਫ਼ਾ ਹਕੂਮਤ ਨੇ ਸਕੂਲ ਬੰਦ ਨਹੀਂ ਕੀਤੇ ਤਮਾਮ ਸਕੂਲ ਖੁੱਲ੍ਹੇ ਨੇ ਔਰ ਜ਼ਾਹਿਰ ਹੈ ਕਿ ਜਿਹੜੇ ਸਕੂਲ ਖੁੱਲ੍ਹੇ ਹੋਣਗੇ ਤੇ ਉਹ ਮਾਮਲਾ ਖਤਰਨਾਕ ਹੀ ਹੁੰਦਾ ਹੈ ਉੱਤੋਂ ਅਸੀਂ ਮਤਲਬ ਕੋਈ ਜ਼ਿਆਦਾ ਉਮੀਦ ਨਹੀਂ ਕਰ ਸਕਦੇ ਕਹਿੰਦੇ ਆ ਕਿ ਅੱਲਾਹ ਤਾਲਾ ਰਹਿਮ ਕਰੇ ਬਸ ਅੱਲਾਹ ਅੱਗੇ ਦੁਆ ਕਰਨੇ ਆ ਕਿ ਅੱਲਾਹ ਤਾਲਾ ਇਸ ਮਰਜ਼ ਤੋਂ ਬਚਾਵੇ ਸਾਰਿਆਂ ਨੂੰ ਔਰ ਬਾਕੀ ਤੁਸੀਂ ਉੱਥੇ ਦਾ ਦੱਸੋ ਸ਼ਕੀਲ ਸਾਹਿਬ ਮੈਂ ਬੜੀ ਹੈਰਾਨ ਹੋਇਆ ਮਤਲਬ ਜ਼ਾਹਿਰ ਹੈ ਮੈਂ ਟਰੈਵਲ ਕਰਕੇ ਆਇਆ ਮੈਨਚੈਸਟਰ ਤੋਂ ਤੇ ਅਨਾਊਂਸਮੈਂਟ ਦੇ ਲੋਕਡਾਊਨ ਕਰਾਉਂਦੇ ਅਸੀਂ ਕੀਤੀ ਸੀ ਕਿ ਤਮਾਮ ਫਲਾਈਟਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਲੇਕਿਨ ਮੈਂ ਜਦੋਂ ਆਪਣੀ ਏਅਰਲਾਈਨ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਜੀ ਕਿ ਨਹੀਂ ਤੁਹਾਡੀ ਫਲਾਈਟ ਜਾ ਰਹੀ ਹੈ ਕੋਈ ਮਸਲਾ ਨਹੀਂ ਹੈ ਔਰ ਮੈਂ ਬੜੇ ਆਰਾਮ ਦੇ ਨਾਲ ਉੱਥੋਂ ਆਇਆ ਗੋ ਕਿ ਏਅਰਪੋਰਟ 'ਤੇ ਪਹਿਲੇ ਅਸੀਂ ਗਹਿਮਾ ਗਹਿਮੀ ਨਹੀਂ ਸੀ ਲੇਕਿਨ ਕਾਫੀ ਸਾਰੀ ਫਲਾਈਟ ਜਿਹੜੀਆਂ ਉਹ ਜਾ ਰਹੀਆਂ ਸਨ ਵੈਸੇ ਮੇਰੀ ਜਿਹੜੀ ਮੈਨਚੈਸਟਰ ਲਾਹੌਰ ਦੀ ਫਲਾਈਟ ਸੀ ਤਕਰੀਬਨ ਫੁੱਲ ਸੀ ਜਿਹੜੀ ਮੇਰੀ ਹੀਥਰੋ ਤੋਂ ਫਲਾਈਟ ਰਹੀ ਹੈ ਤਾਂ ਆਲਮੋਸਟ ਫੁੱਲ ਸੀ ਉਹ ਵੀ ਤੇ ਹੀਥਰੋ 'ਤੇ ਮੈਂ ਚੁੱਕੇ ਟਰਮੀਨਲ 5 'ਤੇ ਆਇਆ ਲੇਕਿਨ ਫਲਾਈਟ ਜਿਹੜੀਆਂ ਸਨ ਉਹ ਪਹਿਲੇ ਤੋਂ ਘੱਟ ਸਨ ਲੇਕਿਨ ਮੈਂ ਕਿਆ ਸੁਣਾ ਫਿਰ ਵੀ ਕਈ ਹਜ਼ਾਰ ਪੈਸੇਂਜਰ ਉਸ ਜਗ੍ਹਾ 'ਤੇ ਮੌਜੂਦ ਸਨ ਅਤੇ ਮੈਨੂੰ ਸਮਝ ਨਹੀਂ ਆਈ ਕਿ ਲੋਕਡਾਊਨ ਫਿਰ ਕਿਹੜਾ ਉਹ ਫਿਰ ਇਹ ਫਲਾਈਟ ਵਾਪਸ ਵੀ ਜਾਣੀ ਹੈ ਠੀਕ ਹੈ ਜੀ ਔਰ ਉਸ ਫਲਾਈਟ 'ਚ ਡਿਫਰੈਂਟ ਕੰਟਰੀ 'ਚੋਂ ਲੋਕ ਆਏ ਹੋਣਗੇ ਉਹ ਮੌਜੂਦ ਹੋਣਗੇ ਅਤੇ ਕੁਆਰੰਟਾਈਨ ਤਾਂ ਹੋਏਗਾ ਮੈਂ ਵੀ ਇਹੀ ਐਕਸਪੈਕਟ ਕਰ ਰਿਹਾ ਅਤੇ ਲੇਕਿਨ ਮੈਨੂੰ ਸਮਝ ਨਹੀਂ ਆ ਰਹੀ ਕਿ ਫਿਰ ਲੋਕਡਾਊਨ ਕਿਹੜਾ ਹੋਇਆ ਦੂਸਰਾ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਇੰਗਲੈਂਡ ਵਿੱਚ ਸਕੂਲਾਂ ਦਾ ਮਸਲਾ ਹੈ ਕਿ ਸਕੂਲ ਸਟਿਲ ਖੁੱਲ੍ਹੇ ਨੇ ਮਤਲਬ ਮੇਰੇ ਘਰੋਂ ਵੀ ਦੋ ਬੱਚੇ ਸਕੂਲ ਜਾਂਦੇ ਨੇ
अच्छा हुण बच्चे स्कूल जाते हैं जनाब, तो उत्थे आपस बच्चे मिलते हैं और बच्चे डिफरेंट हाउस होल्ड तो आते हैं, बच्चों के फिंगर, बच्चों के हेयर, बच्चों के कपड़े, क्योंकि उन्होंने बहुत सारे सेफ्टी मेजर किए हैं जो मेरे मैं जिन्हों को अवेयर है। लेकिन बहरहाल वो बच्चे जनाब एक पूरी कम्यूनिटी होंगी जी, आपस मिलजुल के इकट्ठे बह के आते हैं, वो घर आके असं किस तरह उस वायरस से सेव रह सकते हैं, मेरी बिल्कुल समझ तो बाहर है। लेकिन हैरानकुन गल है कि गो के साडे प्राइम मिनिस्टर बोरिस जॉनसन के नाल बहुत सारे लोग मुतफिक नहीं, वो लॉकडाउन पॉलिसी के मामले से डिले किया है, कट कर रहा है, मेजर प्रॉपर नहीं है, लेकिन इसके बावजूद ओपोजिशन जी है कोई इतनी ज़्यादा आवाज़ नहीं उठा रही, सो फार खामोश है। की समझते जे कि इंग्लैंड के सिस्टम से नरे चीज़ कोई पूरी तरह हेलो, आवाज नहीं आ रही मेरे से। तो भट साहब आवाज आ रही है मेरी? हेलो, नहीं, भट साहब भी आवाज नहीं आ रही। हाँ हाँ जी, आप शकील साहब आपकी आवाज आ रही है, बढ़िया आ रही अच्छा, आवाज। तो मेरे ख्याल भट साहब का सर प्रॉब्लम हो गया। तो हाँ जी, जी मैं ही कह रहा सीगा शकील जनाब कि साहब, जाहिर है कि इतने की हुकूमत बरतानिया की मतलब जी अपोजिशन है, जाहिर है कि बड़ी फ्रेंडली होंगी है। वो इन्ने मामलों च मतलब हुकूमत के नाल इस तरह के मामला जो हुकूमत के ऐलानात होंगे ने, उसमें हुकूमत नाल तावन ही करते हैं। इस वास्ते शायद हुकूमत की तरफों कोई इन्ना बिल्कुल ज्यादा मतलब देखने च नहीं आ रहा। लेकिन यह है कि तो मेरे नजर से यही है कि जितनी अगर हुकूमत अगर ये ज्यादा सख्ती नहीं कर रही तो हो सकता है वो कोई स्ट्रैटेजी हो या कोई वजह हो, लेकिन यदा कोई फायदा नहीं पहुंचेगा। यदा जिस तरह तुम दसिया ना कि मस्कत के शहजाद साहब के बहुत ज्यादा कंट्रोल है, और वो कंट्रोल इसी वजह बहुत हो कि कंट्रोल है लोग उतू ओबे कर रहे हैं, और लोग ओबे सर, करेंगे तो मानने ये ने सिलसिला आगे चलेगा जी, आप तो ही कंट्रोल होएगा। और जिस अगर अगर लोग ओबे नहीं करेंगे, जिस तरह व्हाट्सएप ने भी दसिया कि फ्लाइटा आ जा रही ने, खुद मेरी भी फ्लाइट कैंसल हुई है, मेरी 10 तारीख की सीट सी पाकिस्तान की, लेकिन वो कैंसल हो गई। लेकिन इसी वजह ने अगर लोगों की फ्लाइटा कैंसल की जाएगी या आमदोरफ्त रोकया जाएगा, जिस तरह एयरपोर्टों से लोग आ रहे हैं। और शहजाद साहब ये बीमारी जी वही पई है, जो स्प्रेड हो रहा है ज्यादा, ये सिर्फ आमदोरफ्त के नाल ही ज्यादा हो रहा है, क्योंकि जो दूसरे मुल्कों चो बिल्कुल जिसके लोग बिल्कुल आते जाते हैं ना, तो उतो जोड़े मतलब वो लोग आइसोलेशन च नहीं होंगे और अपने आप को आइसोलेशन च रखते भी नहीं, वो आते ही लोगों को घुल मिल जाते हैं, मिलना जुलना शुरू कर देते हैं, उतो ये ज्यादा स्प्रेड होना शुरू हो जाता है। तो ये जो बड़ी खतरनाक सिचुएशन है, मैं ऑन द होल ब्रिटेन की बिल्कुल सही सूरत हाल कोई अच्छी नहीं नजर आ रही। तुसी उत्थे दा दसो जी कि जी उत्थे अच्छा जड़ियां अच्छा चीजां ने उन्हां तो मतलब जी मैं जनाब अपना शकील साहब मैं सुनिया सी कि फ्लाइटा नहीं बंद हो गया तेरे लॉकडाउन से, मैं खबर खुद सुनिया सी, मेरी बेटी भी है उतो आई है कि नाम है मैनचेस्टर तो आई है पाकिस्तान, लेकिन वो फ्लाइटा बंद नहीं है, फ्लाइटा लॉकडाउन के दौरान भी जारी रहेंगे, और बारे से गवर्नमेंट का जरा ऐलान है कि वो फ्लाइट्स बंद नहीं होगी, ज्यादा जी तुम कह रहे हो ना मुसाफरा की आमदोरफ्त वो जारी रहेगी, तो वो भी जी स्प्रेड का एक वाला मौजब है। बाकी मस्कत भी इन्होंने पहले पाबंदी लाई रखी है, इन्होंने सिर्फ अक्टूबर नु खोलिया सी, लेकिन उस तो बाद क्वारंटाइन तो बड़ी सख्ती है कि तुसी उन्हें 14 दिन जरूर पूरी करोगे और घरों बाहर नहीं निकल सकते, क्योंकि वो जड़ी कि इन्होंने ब्रेसलेट बना देंगे ने पवा देंगे ने, उस तो बाद जी तो तुसी वो नाल मुंसलिक हो, और एक ऐप नाल मुंसलिक है वो समझो जीपीएस टाइप दी है, वो बिल्कुल तुसी अगर बिल्कुल उसकी खिलाफ वर्जी करोगे तो फिर तुम्हें मैसेज भी आएगा ऐप के उत्ते, और दूसरा तुम्हें फोन भी आएगा, तो अगर वो ब्रेसलेट पाया तो तुम बाहर किसी ने वेख लिया भी फड़ लिया तो गवर्नमेंट उन्होंने बंद कर देती है, उन्होंने थाने ची या अपना दूसरी जगह पे वो बंद कर देती है, जी नाजी, लिहाजा बहुत बहुत माजर जरूरी है, सख्ती जरूरी है। माजर चने जी शकील जी साहब, मेरा रब्ता में हुए तो कट गया सी, मैं फिर दोबारा हाजिर हो गया। ते हाले भी रबता जड़ा है पूरी तरह बहाल नहीं हो। लगता फिर कट गए लगता फिर कट गए, तो ताड़ा साड़ा वैसे रबता बहाल है शहजाद जी साहब बड़ी अच्छी गल है कि जो मस्कत के बीच इन्हें जदीद और लेटेस्ट इकदाम किए जा रहे हैं। जो ब्रेसलेट हाँ वाला जी क्या है ना, तुम इतने ब्रिटेन से बड़े आसानी नाल हो सकता है, क्योंकि इतने पुलिस टैग सिस्टम तो बिल्कुल हो ऑलरेडी सकता है होंगे इतने तो कर सकते हैं, और जी जी इन्होंने जी करना चाहिए। ये अगर करेंगे तो वह फायदा बिल्कुल करना पहुंचेगा। चाहिए। लेकिन जिस तरह से फ्लाइटा की गल की ना, सिर्फ मैं पता कि अच्छा जी जी सर जी तुम दसो मैं खुद ब्रेसलेट पाया जिस वे मैं मैनचेस्टर तो आया इतने कि ना मैं मस्कत दे विच, ते उन्होंने जनाब ब्रेसलेट उस दिन मैं पाया नाल अपना, उन्होंने
ਹਾਲਾਂਕਿ ਏਅਰਪੋਰਟ ਤੇ ਬਹੁਤ ਜ਼ਿਆਦਾ ਰਸ਼ ਸੀ ਉਸ ਦਿਨ, ਇਹਨਾਂ ਨੇ ਫਲਾਈਟਾਂ ਖੋਲੀਆਂ ਸੀ, ਪਹਿਲਾ ਹੀ ਦਿਨ ਸੀ, ਏਅਰਪੋਰਟ ਤੇ ਬਹੁਤ ਰਸ਼ ਰਿਹਾ। ਤੁਸੀਂ ਯਕੀਨ ਕਰਨਾ ਕਿ ਮੈਂ 6 ਘੰਟੇ 'ਚ ਫਾਰਗ ਹੋਇਆ ਉੱਥੇ ਏਅਰਪੋਰਟ ਤੋਂ। ਲੇਕਿਨ ਇਹ ਕਿ ਬ੍ਰੈਸਲੇਟ, ਬਹੁਤ ਸ਼ੁਕਰੀਆ, ਹਰ ਸ਼ਖਸ ਵਾਸਤੇ ਲਾਜ਼ਮੀ ਬ੍ਰੈਸਲੇਟ, ਕੋਈ ਇਹ ਤੋਂ ਮੁਬਰਾ ਨਹੀਂ। ਜੀ ਬਹੁਤ ਸ਼ੁਕਰੀਆ ਮੈਂ ਸਾਹਿਬ। ਜੀ ਸ਼ਕੀਲ ਸਾਹਿਬ, ਥੋੜ੍ਹਾ ਜਿਹਾ ਪਾਕਿਸਤਾਨੀ ਸਿਆਸੀ ਹਾਲਾਤ ਦੇ ਉੱਪਰ ਆ ਜਾਈਏ, ਅਤੇ ਅਹਿਮਦ ਸ਼ਾਹ ਸਾਹਿਬ ਨੇ ਬੜੀ ਖੂਬਸੂਰਤ ਗੱਲ ਦੱਸੀ ਕਿ ਉਹਨਾਂ ਦੇ ਇੱਥੇ ਮਸਕਤ ਕਿੰਨਾ ਅੱਛਾ ਕੰਟਰੋਲ ਕੀਤਾ ਗਿਆ। ਸਾਡੇ ਪਾਸੇ ਹਕੂਮਤੀ ਤੌਰ 'ਤੇ ਮਈਅਤ ਬੜੇ ਅੱਛੇ ਕੀਤੇ ਗਏ ਕਿ ਲੋਕਡਾਊਨ ਕੀਤਾ ਗਿਆ, ਅਤੇ ਬਹੁਤ ਸਾਰੀਆਂ ਸਖਤੀਆਂ ਕੀਤੀਆਂ, ਕਾਨੂੰਨੀ ਤੌਰ 'ਤੇ ਬਹੁਤ ਸਾਰੀ ਆਵਾਮ ਨੂੰ ਸਪੋਰਟ ਤੋਂ ਬਹੁਤ ਸਾਰੀ ਅਵੇਅਰਨੈਸ ਮੁਹੱਈਆ ਕੀਤੀ ਜਾਂਦੀ ਹੈ। ਲੇਕਿਨ ਕੰਪੇਅਰ ਟੂ ਬਾਕੀ ਦੁਨੀਆ, ਪਾਕਿਸਤਾਨ 'ਚ ਹਾਲਾਤ ਟੋਟਲੀ ਮੁਖਤਲਿਫ ਨੇ। ਪਾਕਿਸਤਾਨ ਜਨਾਬ ਹਕੂਮਤ ਵੀ ਸਿਆਸੀ ਜਲਸੇ ਕਰ ਰਹੀ ਹੈ, ਅਪੋਜੀਸ਼ਨ ਵੀ ਸਿਆਸੀ ਜਲਸੇ ਕਰ ਰਹੀ ਹੈ, ਹੁਕਮਰਾਨ ਵੀ ਨਾ ਮਾਸਕ ਪਾ ਰਹੇ ਨਾ ਕੋਈ ਐਸੀ ਚੀਜ਼ ਕਰ ਰਹੇ ਨੇ। ਹੱਤਾਂ ਕਿ ਮੈਂ ਜਿਹੜੇ ਨੈਕਸਟ ਦੋ ਪਹਿਲਾਂ ਜਿਹੜੇ ਪਾਸ 2-3 ਦਿਨ ਗੁਜ਼ਰੇ ਨੇ, ਅਤੇ ਮੈਂ ਨੋਟਿਸ ਕੀਤਾ ਕਿ ਹਰ ਦੂਸਰਾ ਬੰਦਾ ਜਿਹੜਾ ਨਾ ਉਸ ਤੋਂ ਬਿਲਕੁਲ ਟੋਟਲੀ ਅਨਅਵੇਅਰ, ਕੋਈ ਨਜ਼ਰ ਨਹੀਂ ਆ ਰਹੀ ਪ੍ਰੋਟੈਕਸ਼ਨ। ਬਲਕਿ ਹੈਰਾਨਕੁਨ ਗੱਲ ਹੈ ਕਿ ਮੇਰੇ ਬਹੁਤ ਸਾਰੇ ਜਾਣ ਵਾਲੇ ਦੋਸਤ ਅਹਿਬਾਬ ਵਿੱਚ ਨਾ ਕਰੋਨਾ ਦੀਆਂ ਅਲਾਮਤ ਪਾਈਆਂ ਗਈਆਂ, ਪੁੱਛਿਆ ਗਿਆ ਮੈਨੂੰ ਬੁਖਾਰ ਹੈ, ਮੈਨੂੰ ਖਾਂਸੀ ਹੈ, ਲੇਕਿਨ ਮੈਨੂੰ ਕਰੋਨਾ ਨਹੀਂ ਹੈ। ਮੈਂ ਕਿਹਾ ਕਿਸਾ ਪਤਾ ਲੱਗਾ, ਬਸ ਮੈਨੂੰ ਕਰੋਨਾ ਨਹੀਂ ਹੈ। ਅਤੇ ਉਹ ਕੋਈ ਕੋਈ ਆਪਣੇ ਨੂੰ ਕੋਈ ਆਈਸੋਲੇਟ ਵੀ ਨਹੀਂ ਕਰ ਰਹੇ, ਤੋ ਖਾਂਸੀ ਵੀ ਆ ਰਹੇ ਨੇ, ਬੁਖਾਰ ਵਗੈਰਾ ਵੀ ਚਲਦੇ ਫਿਰਦੇ ਪਹਿਲੇ, ਟੈਸਟ ਨਹੀਂ ਕਰਵਾ ਰਹੇ, ਤੋ ਉਹ ਤਾਂ ਬੜੀ ਬੁਰੀ ਤਰ੍ਹਾਂ ਸਪਰੈਡ ਹੋ ਰਿਹਾ। ਲੇਕਿਨ ਆਵਾਮ ਨੂੰ ਸਾਰੇ ਲੋਕਾਂ ਦਾ ਇਹ ਖਿਆਲ ਹੈ ਨਹੀਂ ਪਾਕਿਸਤਾਨ 'ਚ ਕਰੋਨਾ ਹੈ ਹੀ ਨਹੀਂ, ਲੇਕਿਨ ਮੈਨੂੰ ਜਾ ਵਜ੍ਹਾ ਸੇ ਮਰੀਜ਼ ਨਜ਼ਰ ਆ ਰਹੇ ਜਨਾਬ, ਜਿਹਨਾਂ ਨੂੰ ਖਾਂਸੀ ਬੁਖਾਰ ਜਾਂ ਉਲਾਮਾ ਤਾਂ ਹੈ ਨਹੀਂ, ਕਿਉਂਕਿ ਮੈਂ ਖੁਦ ਇਹਦਾ ਵਿਕਟਮ ਰਿਹਾ, ਮੈਂ ਮਹਿਸੂਸ ਕੀਤਾ ਵਾ। ਕੀ ਸਮਝਦੇ ਜੇ ਪਾਕਿਸਤਾਨ 'ਚ ਹਕੂਮਤ ਲੈ ਕੇ ਆਮ ਆਦਮੀ ਦਾ ਸ਼ਿਕਾਰ ਰਹੇ ਹੋ ਕਰੋਨਾ ਤੋਂ, ਇਸ ਤਰ੍ਹਾਂ ਕਿਉਂ ਮਤਲਬ ਲਾਪਰਵਾਹੀ ਕਰ ਰਿਹਾ? ਇਹੀ ਤੇ ਬਰਸਾ, ਇਹੀ ਤੇ ਗੱਲ ਹੈਗੀ ਕਿ ਜਿਹੜੀ ਇਹਨੂੰ ਇੱਕ ਗੱਲ ਤੇ ਤੈਅ ਸ਼ੁਦਾ ਹੈ ਨਾ ਕਿ ਅਗਰ ਆਵਾਮ ਇਹਤਿਆਤ ਨਹੀਂ ਕਰਨਗੇ ਤੇ ਇਹਦੇ ਨਤਾਇਜ ਅੱਛੇ ਨਹੀਂ ਨਿਕਲਣਗੇ। ਤੇ ਪਾਕਿਸਤਾਨ 'ਚ ਤੁਸੀਂ ਸਹੀ ਫਰਮਾ ਰਹੇ ਹੋ ਕਿ ਉੱਥੇ ਦੀ ਆਵਾਮ ਤੇ ਵੈਸੇ ਹੀ ਜਿਹੜੀ ਆ ਆਮ ਤੌਰ ਤੇ ਮਤਲਬ ਕੰਟਰੋਲ ਨਹੀਂ ਕਰਦੀ, ਲੇਕਿਨ ਇਹ ਤਾਂ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ, ਅਗਰ ਇਸ ਤਰ੍ਹਾਂ ਹੈ ਔਰ ਇਹ ਤੇ ਵੈਸੇ ਵੀ ਬੜਾ ਚਲਾਕ ਦੁਸ਼ਮਣ ਹੈ ਇਹ ਬਿਮਾਰੀ ਜਿਹੜੀ ਹੈ, ਇਹ ਕੋਈ ਹਰ ਬੰਦਾ ਇਹ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦਾ ਕਿ ਨਹੀਂ ਮੈਨੂੰ ਨਹੀਂ ਹੈ, ਇਹਦਾ ਤੇ ਪਤਾ ਹੀ ਨਹੀਂ ਚੱਲਦਾ। ਇਹ ਅੰਦਰੋਂ ਅੰਦਰ ਇਸ ਤਰੀਕੇ ਨਾਲ ਹਮਲਾ ਕਰਦੀ ਹੈ, ਜਿਸਲੇ ਬੰਦੇ ਤੇ ਹਮਲਾ ਹੋ ਜਾਂਦਾ ਹੈ ਉਹਨੂੰ ਹਲਕੀ ਜਿਹੀ ਸਿੰਪਟਮਸ ਹੁੰਦੇ ਨੇ, ਔਰ ਉਹ ਹਸਪੀਟਲ ਜਾਂਦਾ ਹੈ, ਜਿਹੜੇ ਪ੍ਰੋਪਰ ਟੈਸਟ ਹੁੰਦੇ ਨੇ ਤੇ ਉਹਨਾਂ ਤੋਂ ਬਾਅਦ ਜਾ ਕੇ ਵੀ ਬੜੀ ਦੇਰ ਬਾਅਦ ਕਿਤੇ ਜਾ ਕੇ ਪਤਾ ਚੱਲਦਾ ਹੈ ਕਿ ਇਹ ਬਿਮਾਰੀ ਲੱਗ ਚੁੱਕੀ ਹੈ, ਔਰ ਜਿਸਲੇ ਲੱਗ ਜਾਂਦੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਤੁਸੀਂ ਤੇ ਇੱਥੇ ਮਤਲਬ ਖੁਦ ਰਹਿ ਕੇ ਗਏ ਹੋ, ਤੇ ਇਹਨਾਂ ਬਹੁਤ ਹੀ ਮੁਸ਼ਕਿਲ ਹੈ। ਅਗਰ ਲੋਕ ਇਹਦੇ ਤੇ ਅਮਲ ਨਹੀਂ ਕਰ ਰਹੇ ਤੇ ਲੋਕਾਂ ਨੂੰ ਬੜੀ ਸਖਤ ਦੀ ਨਤਾਇਜ ਭੁਗਤਣੇ ਪੈਣਗੇ। ਤੇ ਜਿਸ ਤਰ੍ਹਾਂ ਸ਼ਹਿਜ਼ਾਦ ਸਾਹਿਬ ਕਹਿ ਰਹੇ ਸਨ, ਜੀ ਸਰ ਜੀ ਮੈਂ, ਲੇਕਿਨ ਮੈਨੂੰ ਇਹ ਚ ਕੋਈ ਹਕੂਮਤੀ ਕੋਈ ਮੰਨਦਾ ਹੀ ਨਹੀਂ ਜੀ, ਸਿੱਧੀ ਜੀ ਗੱਲ ਹੈ। ਪਾਕਿਸਤਾਨੀ ਤੇ ਜਿਹੜੇ ਵੀ ਹੈ ਨਾ, ਇੱਕ ਤੇ ਉਹ ਕਰੋਨਾ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ, ਉਹ ਕਹਿੰਦੇ ਨੇ ਖੱਲੀ ਬੱਲੀ, ਯਾਨੀ ਇਹਦੀ ਕੋਈ ਅਹਿਮੀਅਤ ਹੀ ਨਹੀਂ ਹੈ। ਦੂਸਰਾ ਹੈ ਕਿ ਉਹ ਅਗਰ ਵਟਸਐਪ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਇੱਥੇ ਕਈਆਂ ਨੂੰ ਕਰੋਨਾ ਹੋਇਆ ਹੈ, ਲੇਕਿਨ ਇੱਕ ਨਾ ਉਹ ਡਾਕਟਰ ਕੋਲ ਆਪ ਜਾਂਦਾ ਕਿ ਮੈਨੂੰ ਟੈਸਟ ਕਰਾਉਣਾ ਪਏਗਾ, ਔਰ ਦੂਸਰਾ ਹੈ ਕਿ ਉਹ ਲੋਕਾਂ ਨੂੰ ਵੀ ਨਹੀਂ ਦੱਸਦਾ, ਅਵੇਅਰਨੈਸ ਨਹੀਂ ਦਿੰਦਾ, ਉਹਦੇ ਨਾਲ ਹੋਰ ਸਪਰੈਡ ਹੋ ਰਿਹਾ, ਉਹ ਲੋਕਾਂ 'ਚ ਆਮ ਘੁਲ ਮਿਲ ਰਹੇ ਨੇ। ਪਾਕਿਸਤਾਨ 'ਚ ਤਾਂ ਪਰਵਾਹ ਕੋਈ ਨਹੀਂ ਕਰ ਰਿਹਾ ਜੀ, ਤੁਸੀਂ ਦੇਖ ਲਓ ਸਾਡੇ ਹੁਕਮਰਾਨਾਂ ਨੂੰ ਵੇਖ ਲਓ, ਸਿਆਸਤਦਾਨਾਂ ਨੂੰ ਵੇਖ ਲਓ, ਕਿੰਨਾ ਕਿੰਨਾ ਹਜੂਮ ਹੈ ਕਿ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਲੋਕ ਇਕੱਠੇ ਹੋ ਰਹੇ, ਔਰ ਪਾਕਿਸਤਾਨੀ ਸੋਚਦੇ ਵੀ ਨਹੀਂ। ਮੈਂ ਖੁਦ ਹੈਰਾਨ ਹੁੰਦਾ ਕਿ ਪਾਕਿਸਤਾਨੀ ਇਸ ਚੀਜ਼ ਨੂੰ ਮੱਦੇਨਜ਼ਰ ਹੀ ਨਹੀਂ ਰੱਖਦੇ ਕਿ ਉਹ ਜਲਸਿਆਂ 'ਚ ਜਾ ਰਹੇ ਨੇ, ਜਲੂਸਾਂ 'ਚ ਜਾ ਰਹੇ ਨੇ, ਆਮ ਗੈਦਰਿੰਗ ਹੋ ਰਹੀ ਹੈ, ਔਰ ਲੋਕ ਅਵੇਅਰਨੈਸ ਹੀ ਜਾਂ ਅਵੇਅਰਨੈਸ ਨਹੀਂ ਜਾਂ ਕਹਿੰਦੇ ਨੇ ਇੰਨੀ ਖੁਦ ਇਤਮਾਦੀ ਹੈ ਕਿ ਉਹ ਕਰੋਨਾ ਨੂੰ ਕੁਛ ਸਮਝਦੇ ਨਹੀਂ। ਹਾਲਾਂਕਿ ਇਹ ਚੰਗੀ ਗੱਲ ਨਹੀਂ ਹੈ ਕੋਈ ਇਹਦੇ ਵਾਸਤੇ, ਤੁਸੀਂ ਵੇਖੋ ਨਾ ਕਿ ਇਹ ਕਰੋਨਾ ਨਾਲ ਤਾਂ ਹੁਣ ਰਹਿਣਾ ਰਹਿਣਾ, ਜ਼ਿੰਦਗੀ ਦਾ ਹਿੱਸਾ ਬਣ ਗਿਆ ਜੇ ਹੈ। ਇਹ ਸਮਝੋ ਵੈਕਸੀਨ ਆ ਵੀ ਗਈ, ਵੈਕਸੀਨ ਆਉਣ ਤੋਂ ਮਾਰਚ ਦੇ ਪਾਕਿਸਤਾਨ ਮਾਰਚ ਤੋਂ ਬਾਅਦ ਆਏਗੀ, ਔਰ ਪਤਾ ਨਹੀਂ ਲੱਗਦੀ ਹੈ ਜਿਹਨੂੰ ਕਿਹਨੂੰ ਲੱਗਦੀ, ਕੌਣ ਲੈ ਸਕਦਾ ਕੌਣ ਨਹੀਂ ਲੈ ਸਕਦਾ, ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਕੋਈ ਇਸ ਮਾਮਲੇ 'ਚ ਪਾਕਿਸਤਾਨੀ ਬਿਲਕੁਲ ਅਵੇਅਰਨੈਸ ਨਹੀਂ। ਨਹੀਂ, ਯੂਕੇ ਚਿਹਰੇ ਬਾਰੇ ਕਿਹਾ ਜਾ ਰਿਹਾ ਕਿ ਦਸੰਬਰ 'ਚ ਲੱਗਣੀ ਸ਼ੁਰੂ ਹੋ ਜਾਏਗੀ, ਅਤੇ ਪ੍ਰਾਇਓਰਟੀ ਕਿਹਨਾਂ ਨੂੰ ਦਿੱਤੀ ਜਾਏਗੀ ਉਹ ਬਾਅਦ ਦੀ ਗੱਲ ਹੈ। ਕਾਰਬਨ 5 ਮਿਲੀਅਨ ਡੋਜ਼ਸ ਜਿਹੜੀਆਂ ਉਸ ਸਪੇਅਰ ਕਰ ਲਿੱਤੀਆਂ ਗਈਆਂ, ਯਾਨੀ ਹਕੂਮਤ ਨੇ ਇੱਕ ਤਰ੍ਹਾਂ ਦੀ ਖਰੀਦ ਲਈਆਂ ਜਾਂ ਆਪਣੇ ਵਾਸਤੇ ਸਿਕਿਓਰ ਕਰ ਲਈਆਂ 5 ਮਿਲੀਅਨ, ਅਤੇ ਫਰਦਰ ਵੀ ਕੋਸ਼ਿਸ਼ ਕਰ ਰਹੇ, ਇੱਕ ਹੋਰ ਵੀ ਜ਼ਾਹਿਰ ਹੈ ਕਿ ਪ੍ਰੋਡਕਸ਼ਨ ਆਉਂਦੀ ਹੈ ਕਿ ਨਾਲ ਨਾਲ ਲੋਕਾਂ ਲਗਾਉਂਦੇ ਜਾਣਗੇ, ਅਤੇ ਇਨਸ਼ਾਲਾ ਇੱਕ ਉਮੀਦ ਇੱਕ ਹੋਪ ਤਾਂ ਪੈਦਾ ਹੋਈ ਹੈ। ਲੇਕਿਨ ਪਾਕਿਸਤਾਨ ਦੇ ਹਾਲਾਤ ਦੇਖਣ ਤੋਂ ਬਾਅਦ ਮੈਂ ਬੜਾ ਹੈਰਾਨ ਹੁੰਦਾ ਕਿ ਉਹਨਾਂ ਦੇ ਖੁਦਾ ਨਾ ਖਾਸਤਾ ਇੱਕਦਮ ਇਹ ਡਿਜ਼ਾਸਟਰ ਦੀ ਸ਼ਕਲ ਸਾਹਮਣੇ ਆ ਜਾਵੇ, ਕਿਉਂਕਿ ਇਹਦਾ ਸਪਰੈਡ ਜਿਹੜਾ ਜਿਸ ਤਰ੍ਹਾਂ ਫੈਲਦਾ ਇਹ ਮਲਟੀਪਲਾਈ ਹੁੰਦਾ, ਇੱਕ ਤੋਂ ਦੋ, ਦੋ ਨੂੰ ਚਾਰ, ਚਾਰ ਤੋਂ ਬਾਅਦ 8 ਨੂੰ, 8 ਤੋਂ ਬਾਅਦ 16 ਨੂੰ ਹੁੰਦਾ ਵੈ। ਐਸਾ ਨਹੀਂ ਹੁੰਦਾ ਕਿ ਇੱਕ ਤੋਂ ਬਾਅਦ 2 ਨੂੰ ਹੋਵੇ, ਕਿਉਂਕਿ ਡਬਲ ਟ੍ਰਿਪਲ ਇਹਦੇ ਨੰਬਰਸ ਬਹੁਤ ਜਲਦੀ ਫਿਰ ਹਾਈ ਹੁੰਦੇ ਨੇ। ਅਤੇ ਪਾਕਿਸਤਾਨ 'ਚ ਜਿਸ ਤਰ੍ਹਾਂ ਇਹਨੂੰ ਨੋਨ ਸੀਰੀਅਸਲੀ ਦਿੱਤਾ ਜਾ ਰਿਹਾ ਵੈ, ਮੈਨੂੰ ਬਹੁਤ ਜ਼ਿਆਦਾ ਇਹ ਫਿਕਰ ਗੱਲ ਹੈ ਕਿ ਕਿਤੇ ਖੁਦਾ ਨਾ ਖਾਸਤਾ ਇਹ ਕੋਈ ਵੱਡਾ ਮਸਲਾ ਨਾ ਬਣ ਜਾਵੇ, ਔਰ ਪਾਕਿਸਤਾਨ ਦੇ ਜਿਹੜੇ
ਮਾਰੂਜ਼ੀ ਹਾਲਾਤ ਨੇ ਜਿਹੜੇ ਉਹਦੇ ਇੰਟਰਨਲ ਹਾਲਾਤ ਨੇ ਉਹ ਇਸ ਕਾਬਲ ਨਹੀਂ ਹੈ ਕਿ ਅਸੀਂ ਐਡੀ ਵੱਡੇ ਡਿਜ਼ਾਸਟਰ ਨੂੰ ਅਸੀਂ ਬਰਦਾਸ਼ਤ ਕਰ ਸਕੀਏ। ਲੇਕਿਨ ਮੇਰਾ ਖਿਆਲ ਸਾਨੂੰ ਹਕੂਮਤ ਵਕਤ ਨਾਲ ਦਰਖਾਸਤ ਕਰਨੀ ਚਾਹੀਦੀ ਹੈ ਕਿ ਖੁਦਾ ਦਾ ਵਾਸਤਾ ਆਪ ਵੀ ਇਤਿਆਤ ਕਰੋ ਅਤੇ ਲੋਕਾਂ ਨੂੰ ਵੀ ਨਸੀਹਤ ਕਰੋ, ਆਪ ਦੇ ਜਲਸੇ ਕਰ ਦੇਵੇ, ਲੋਕ ਕਿਸ ਤਰ੍ਹਾਂ ਆਵਾਜ਼ ਆਉਣਗੇ। ਮਤਲਬ ਕਹਿੰਦਾ ਕਿ ਸ਼ਕੀਲ ਸਾਹਿਬ ਕੀ ਸਮੇਂ ਤੁਸੀਂ ਹਕੂਮਤ ਕੋਲ ਉਮੀਦ ਕਰ ਰਹੇ ਜੇ ਕਿ ਹਕੂਮਤ ਕੁਛ ਕਰੇਗੀ? ਸਰ ਹਕੂਮਤ ਨੂੰ ਕਰਨਾ ਪਏਗਾ, ਅਗਰ ਜਿਸ ਤਰ੍ਹਾਂ ਪਾਕਿਸਤਾਨ ਮਤਲਬ ਆਲਰੇਡੀ ਪਾਕਿਸਤਾਨ ਦਾ ਦੁਨੀਆ 'ਚ ਬੜਾ ਨਾਮ ਹੈ ਕਿ ਪਾਕਿਸਤਾਨ ਨੇ ਪਹਿਲੀ ਫਸਟ ਜਿਹੜੀ ਲਹਿਰ ਆਈ ਸੀ ਉਹਦੇ 'ਚ ਬੜੇ ਅੱਛੇ ਇਕਦਾਮਾਤ ਕੀਤੇ, ਚਲੋ ਅੱਲਾ ਦਾ ਸ਼ੁਕਰ ਹੈ ਕਿ ਉਹਦਾ ਸਾਨੂੰ ਫਾਇਦੇ ਵੀ ਪਹੁੰਚੇ। ਲੇਕਿਨ ਅਗਰ ਹੁਣ ਹਕੂਮਤ ਇਹਦੇ 'ਤੇ ਸਖਤੀ ਨਹੀਂ ਕਰੇਗੀ, ਤੁਹਾਨੂੰ ਪਤਾ ਜਿਸ ਤਰ੍ਹਾਂ ਬ੍ਰਿਟੇਨ ਦੇ ਅੰਦਰ ਹੈ ਕਿ ਜਿਸ ਤਰ੍ਹਾਂ ਸਾਡਾ ਲਿਵਰਪੂਲ ਦਾ ਏਰੀਆ ਹੈ, ਲਿਵਰਪੂਲ 'ਚ ਬਹੁਤ ਜ਼ਿਆਦਾ ਪ੍ਰੋਬਲਮ ਸੀ, ਇਸ ਵਾਸਤੇ ਉਹਨਾਂ ਨੇ ਪੂਰੇ ਲਿਵਰਪੂਲ ਨੂੰ ਆਈਸੋਲੇਟ ਕਰ ਦਿੱਤਾ ਔਰ ਉੱਥੇ ਹਰ ਬੰਦੇ ਦਾ ਟੈਸਟ ਹੋ ਰਿਹਾ ਹੈ, ਯਾਨੀ ਐਸੇ ਆਰਮੀ ਨੇ ਆਪਣੇ ਕੈਂਪ ਲਗਾ ਲਏ ਨੇ ਔਰ ਈਚ ਬੰਦਾ ਜਿਹੜਾ ਹਰ ਬੰਦਾ ਉੱਥੇ ਟੈਸਟ ਜਾ ਰਿਹਾ ਹੈ। ਇਸੇ ਤਰ੍ਹਾਂ ਬਾਕੀ ਮਾਨਚੈਸਟਰ 'ਚ ਵੀ ਬੇਸ਼ੁਮਾਰ ਸੈਂਟਰ ਕਾਇਮ ਨੇ, ਲੋਕ ਖੁਦ ਜਾਂਦੇ ਨੇ, ਲੇਕਿਨ ਪਾਕਿਸਤਾਨ ਦਾ ਕੀ ਬਣੇਗਾ ਜਿੱਥੇ ਤੇ ਆਮ ਮੈਡੀਕਲ ਦੀਆਂ ਸਹੂਲਤਾਂ ਹੀ ਨਹੀਂ ਗੀਆਂ, ਡਾਕਟਰ ਹੀ ਅਵੇਲੇਬਲ ਨਹੀਂ ਗੇ, ਆਮ ਮਰੀਜ਼ ਜਿਹੜਾ ਉਹਨੂੰ ਬਾਕੀ ਦੇ ਜਿੰਨੇ ਮਰੀਜ਼ ਹੁੰਦੇ ਨੇ ਉਹ ਡਾਕਟਰ ਉਹਨਾਂ ਨੂੰ ਮਿਲਦਾ ਹੀ ਨਹੀਂ ਗਾ, ਦਵਾਈਆਂ ਨਹੀਂ ਮਿਲਦੀਆਂ ਜਾਂ ਮਹਿੰਗਾਈ ਇੰਨੀ ਹੈ ਕਿ ਲੋਕ ਅਫੋਰਡ ਹੀ ਨਹੀਂ ਕਰ ਸਕਦੇ। ਤੇ ਐਸੀ ਹਾਲਤ ਵਿੱਚ ਤੁਸੀਂ ਦੇਖੋ ਕਿ ਉਹੀ ਸ਼ਹਿਜ਼ਾਦ ਸਾਹਿਬ ਵਾਲੀ ਗੱਲ ਕਿ ਲੋਕ ਇਹੀ ਸਮਝਣਗੇ ਕਿ ਸਾਨੂੰ ਨਹੀਂ ਹੈਗਾ, ਮਤਲਬ ਆਪਣੇ ਆਪ ਨੂੰ ਮਤਲਬ ਖਵਾਬੇ ਖਰਗੋਸ਼ ਵਾਲੀ ਗੱਲ ਹੈ ਕਿ ਆਪਣੇ ਆਪ ਨੂੰ ਇਹ ਤਸੱਲੀ ਦੇ ਲੈਣੀ, ਤਿਫਲ ਤਸੱਲੀ ਕਿ ਨਹੀਂ ਮੈਨੂੰ ਨਹੀਂ ਹੈਗਾ। ਲੇਕਿਨ ਇਹ ਤੇ ਜਹਾਲਤ ਹੈਗੀ ਹੈ, ਇਹਦਾ ਕੋਈ ਫਾਇਦਾ ਨਹੀਂ ਪਹੁੰਚੇਗਾ। ਇਹ ਹਕੂਮਤ ਅਗਰ ਇਹਦੇ ਤੇ ਸਖਤੀ ਨਹੀਂ ਕਰੇਗੀ ਫਿਰ ਵੀ ਆਵਾਮ ਨੂੰ ਨੁਕਸਾਨ ਪਹੁੰਚੇਗਾ, ਔਰ ਅਗਰ ਆਵਾਮ ਖੁਦ ਇਹਦੇ ਤੇ ਸਖਤੀ ਨਾਲ ਕਾਰਵਾਈ ਨਹੀਂ ਹੋਣਗੇ ਤੇ ਜ਼ਾਹਿਰ ਹੈ ਕਿ ਆਵਾਮ ਵੀ ਨੁਕਸਾਨ ਉਠਾਉਣਗੇ। ਔਰ ਜਿਸ ਤਰ੍ਹਾਂ ਸਾਡੀ ਆਬਾਦੀ ਬਹੁਤ ਜ਼ਿਆਦਾ, ਤੁਹਾਨੂੰ ਪਤਾ 22-23 ਕਰੋੜ ਲੋਕ ਨੇ, ਔਰ ਅਗਰ ਖੁਦਾ ਨਾ ਖਾਸਤਾ ਇਹ ਜਿਸ ਤਰ੍ਹਾਂ ਆਵਾਮ 'ਚ ਸਪਰੈਡ ਹੋ ਗਿਆ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਲਟੀਪਲਾਈ ਹੁੰਦਾ ਹੈ, 1 ਤੋਂ 2, 2 ਤੋਂ 4, 4 ਤੋਂ 8, ਅਗਰ ਇਸ ਤਰ੍ਹਾਂ ਹੋ ਗਿਆ ਤਾਂ ਪਾਕਿਸਤਾਨ ਲਈ ਤੇ ਬਹੁਤ ਮੁਸ਼ਕਿਲ ਹੋ ਜਾਏਗੀ। ਔਰ ਇਸ ਵਕਤ ਹਾਲਾਤ ਪਾਕਿਸਤਾਨ ਦੇ ਸਿਆਸੀ ਹਾਲਾਤ ਵੀ ਠੀਕ ਨਹੀਂ, ਪਾਕਿਸਤਾਨ ਦੇ ਵੈਸੇ ਹਮਸਾਇਆਂ ਦੇ ਨਾਲ ਜੰਗੀ ਹਾਲਾਤ ਵੀ ਠੀਕ ਨਹੀਂ, ਇਸ ਪੋਜੀਸ਼ਨ ਦੇ ਵਿੱਚ ਅਗਰ ਆ ਗਿਆ ਤੇ ਐਡਾ ਵੱਡਾ ਡਿਸਐਸਟਰ ਹੋਏਗਾ ਕਿ ਅਸੀਂ ਸਾਰੀ ਉਮਰ ਇਹਨੂੰ ਭੁੱਲ ਨਹੀਂ ਸਕਾਂਗੇ। ਇਹ ਤੇ ਆਵਾਮ ਨੂੰ ਇਸ ਵਾਸਤੇ ਖਾਸ ਤਵੱਜੋ ਦੇਣੀ ਚਾਹੀਦੀ ਹੈ ਔਰ ਆਪਣੇ ਤੌਰ ਤੇ ਹਕੂਮਤ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਆਵਾਮ ਨੂੰ ਖੁਦ ਆਪਣੇ ਤੌਰ ਤੇ ਆਪਣੇ ਉੱਤੇ ਪਾਬੰਦੀਆਂ ਆਇਦ ਕਰਨੀਆਂ ਚਾਹੀਦੀਆਂ। ਇਹ ਥੋੜੀਆਂ ਜਿਹੀਆਂ ਪਾਬੰਦੀਆਂ, ਕੋਈ ਮਖਸੂਸ ਗੱਲ ਨਹੀਂ, ਤੁਸੀਂ ਇਹ ਸੁਣ ਕੇ ਹੈਰਤ ਹੋਏਗੀ ਤੁਹਾਨੂੰ ਕਿ ਮੈਂ ਲਾਸਟ ਫਰਵਰੀ ਦਾ ਪਾਕਿਸਤਾਨ ਨੂੰ ਆਇਆ ਦਾ, ਪਾਕਿਸਤਾਨ ਨੂੰ ਆਉਣ ਤੋਂ ਬਾਅਦ ਅੱਜ ਤੱਕ ਘਰੋਂ ਬਾਹਰ ਨਹੀਂ ਨਿਕਲਿਆ, ਸਿਰਫ ਮੈਂ ਪਹਿਲੇ ਜੁਮੇ ਨਹੀਂ ਜਾਂਦਾ ਸੀ ਉਹ ਵੀ ਬੰਦ ਹੋ ਗਿਆ, ਹੁਣ ਮੈਂ ਮੁਸਲਸਲ 10 ਮਹੀਨਿਆਂ ਤੋਂ ਘਰ ਦੇ ਵਿੱਚ ਪਾਬੰਦ ਆ। ਪ੍ਰੋਗਰਾਮ ਕਰਨਾ ਹੋਇਆ ਟੀਵੀ ਦੇ ਉੱਤੇ, ਜਿੰਨੇ ਤੁਹਾਡੇ ਪ੍ਰੋਗਰਾਮ ਨੇ ਉਹਦੇ ਤੇ ਅਸੀਂ ਆਨਲਾਈਨ ਆ ਰਹੇ ਹਾਂ, ਲੇਕਿਨ ਮੈਂ ਬਿਲਕੁਲ 10 ਮਾਹ ਤੋਂ ਮੈਂ ਬਿਲਕੁਲ ਬਾਹਰ ਨਹੀਂ ਜਾ ਰਿਹਾ, ਯਾਨੀ ਆਪਣੀ ਇਹਤਿਆਤ ਦਾ ਫਾਇਦਾ ਹੀ ਬੰਦਾ, ਉਹਦਾ ਫਾਇਦਾ ਮੈਨੂੰ ਹੀ ਪਹੁੰਚ ਰਿਹਾ ਨਾ, ਮੇਰੀ ਸਿਹਤ ਜਿਹੜੀ ਮਹਿਫੂਜ਼ ਹੈ, ਮੈਂ ਹਰ ਤਰ੍ਹਾਂ ਦੀ ਪ੍ਰੋਬਲਮ ਤੋਂ ਬਚਿਆ ਜਾਵਾਂ। ਇਸੇ ਤਰ੍ਹਾਂ ਅਗਰ ਹਰ ਬੰਦਾ ਆਪਣੇ ਉੱਤੇ ਪਾਬੰਦੀਆਂ ਆਇਦ ਕਰੇਗਾ ਤੇ ਉਹਨੂੰ ਫਾਇਦਾ ਪਹੁੰਚੇਗਾ, ਬਾਕੀ ਜ਼ਿੰਦਗੀ ਦੇ ਨਾਲ ਔਰ ਸਿਹਤ ਦੇ ਨਾਲ ਹੀ ਸਾਰੀਆਂ ਗੱਲਾਂ ਨੇ। ਅਗਰ ਸਿਹਤ ਹੋਏਗੀ ਤੇ ਬਾਕੀ ਵੀ ਜ਼ਿੰਦਗੀ ਅਸੀਂ ਇੰਜੋਏ ਕਰ ਸਕਾਂਗੇ, ਅਗਰ ਸਿਹਤ ਹੀ ਨਹੀਂ ਤੇ ਫਿਰ ਕੀ ਰਹਿ ਗਿਆ ਪਿੱਛੇ। ਜੀ ਭੱਟ ਸਰ ਜੀ, ਜੀ ਬਹੁਤ ਸ਼ੁਕਰੀਆ ਆਪਣਾ। ਲੱਗਦਾ ਭੱਟ ਸਰ ਫਿਰ ਨਾਰਾਜ਼ ਹੋ ਜਾਂਦੇ ਨੇ, ਰਾਬਤਾ ਨਹੀਂ ਰਿਹਾ ਜੀ। ਬਹੁਤ ਸ਼ੁਕਰੀਆ ਸ਼ਹਿਜ਼ਾਦ ਸਾਹਿਬ, ਦੱਸੋ ਕਿ ਪਾਕਿਸਤਾਨ ਦੇ ਵੈਕਸੀਨ ਦੇ ਬਾਰੇ। ਅੱਛਾ ਸ਼ਹਿਜ਼ਾਦ ਸਾਹਿਬ, ਮਸਕਤ ਵਿੱਚ ਵੈਕਸੀਨ ਦੇ ਬਾਰੇ ਕੀ ਇੰਤਜ਼ਾਮਤ ਕੀਤੇ ਗਏ ਨੇ, ਕੀ ਉਹਨੇ ਤੋਂ ਉਮੀਦ ਕੀਤੀ ਜਾ ਰਹੀ ਕਿ ਕਦੋਂ ਸ਼ੁਰੂ ਕਰਨਗੇ? ਇੱਥੋਂ ਦੀ ਖਬਰਾਂ ਦੇ ਮੁਤਾਬਕ ਇਹਨਾਂ ਨੇ ਰਸ਼ੀਆ ਦੇ ਨਾਲ ਕੋਈ ਮਾਇਦੇ ਕੀਤੇ ਨੇ ਔਰ ਰਸ਼ੀਆ ਤੋਂ ਵੀ ਲੈ ਰਹੇ ਨੇ ਤੇ ਦੁਨੀਆ ਦੇ ਹੋਰ ਦੇਗਰ ਜਿੱਥੇ ਬਣ ਰਹੀ ਹੈ ਜਾਂ ਜਿਹੜੀ ਕੰਪਨੀਆਂ ਬਣਾ ਰਹੇ ਉਹਨਾਂ ਨਾਲ ਲੈਣਾ ਤੇ। ਲੇਕਿਨ ਉਹੀ ਹੈ ਕਿ ਜਿਸ ਵੇਲੇ ਆਏਗੀ ਤੇ ਲੱਗੇਗੀ ਨਾ, ਗੱਲ ਤੇ ਇਸ ਵੇਲੇ ਜਿਹੜੀ ਹੈ ਨਾ ਵੈਕਸੀਨ ਦੀ ਨਹੀਂ ਹੈਗੀ, ਗੱਲ ਇਸ ਵੇਲੇ ਸਿਰਫ ਹੈ ਕਿ ਆਈਸੋਲੇਸ਼ਨ ਦੀ ਹੈ। ਅਗਰ ਤੁਸੀਂ ਜਿੰਨਾ ਦੂਸਰੇ ਤੋਂ ਆਪਣੇ ਆਪ ਨੂੰ ਬਚਾਓ ਤੇ ਦੂਸਰਿਆਂ ਨੂੰ ਬਚਾਓ, ਇਹ ਹੈਗਾ ਕਿ ਆਪ ਵੀ ਬਚੋ ਤੇ ਦੂਜਿਆਂ ਨੂੰ ਵੀ ਬਚਾਓ, ਆ ਗੱਲ ਇੱਥੇ ਆ ਕੇ ਮੁੱਕ ਜਾਂਦੀ ਹੈ। ਔਰ ਇਸ ਬਾਰੇ ਚ ਸਾਡੇ ਪਾਕਿਸਤਾਨੀ ਭਰਾ ਜਿਹੜੇ ਨਾ ਉਹ ਬਿਲਕੁਲ ਅਮਲ ਨਹੀਂ ਕਰ ਰਹੇ। ਮੇਰੇ ਰੋਜ਼ ਰਾਬਤਾ ਹੁੰਦਾ, ਬੱਚੇ ਮੇਰੇ ਇਸ ਵੇਲੇ ਪਾਕਿਸਤਾਨ ਗਏਦੇ ਨੇ ਤੇ, ਲੇਕਿਨ ਮੈਂ ਵੇਖਣਾ ਉਹ ਉਹਨਾਂ ਦਾ ਮਿਲਣਾ ਜੁਲਣਾ ਜਾਂ ਉਹਨਾਂ ਦਾ ਪਤਾ ਚੱਲਦਾ ਰਹਿੰਦਾ, ਹੋਰ ਵੀ ਦੋਸਤ ਹੈ ਬਾਪ ਕੋਲੋਂ, ਕਿ ਉੱਥੇ ਲੋਕੀ ਕੇਅਰ ਹੀ ਨਹੀਂ ਕਰ ਰਹੇ। ਅਸਲ ਚੀਜ਼ ਹੈ ਕੇਅਰ ਦੀ, ਇਹ ਹੁਣ ਕਰੋਨਾ ਸਮਝੋ ਅੱਜ ਸਾਡੀ ਜ਼ਿੰਦਗੀ ਹੈ ਤਾਂ ਹਲੇ ਨਹੀਂ ਜਾਂਦਾ ਕੋਈ ਕਈ ਸਾਲ ਤੱਕ, ਇਹ ਕੋਈ ਅੱਜ ਦੀ ਗੱਲ ਨਹੀਂ। ਵੈਕਸੀਨ ਆ ਵੀ ਜਾਏਗੀ, ਤੁਹਾਨੂੰ ਪਤਾ ਪਾਕਿਸਤਾਨ ਚ ਹਰ ਬੰਦਾ ਵੈਕਸੀਨ ਮਿਲੇਗੀ ਵੀ ਨਹੀਂ। ਔਰ ਦੂਸਰਾ ਹੈ ਕਿ ਹਾਂਜੀ ਬਿਲਕੁਲ ਸਰਹੱਦਾਂ ਦੀ ਜਿਹੜੀ ਪੋਜੀਸ਼ਨ ਹੈ ਨਾ ਉਹ ਤੇ ਮਤਲਬ ਇਸ ਵੇਲੇ ਗਰਮ ਹੀ ਹੈ,
ਕਿਉਂਕਿ ਉਹ ਪਿਛਲੇ 2 ਮਹੀਨੇ ਤੋਂ ਜਿਸ ਤਰ੍ਹਾਂ ਸਿਲਸਿਲਾ ਚੱਲਿਆ ਆ ਰਿਹਾ ਉਹ ਤੇ ਡਾਊਨ ਨਹੀਂ ਹੋ ਰਿਹਾ। ਉਹ ਇੰਟਰਨੈਸ਼ਨਲੀ ਪ੍ਰੋਬਲਮ ਇਹ ਹੈ ਕਿ ਜਿਸ ਤਰ੍ਹਾਂ ਮਤਲਬ ਇੰਡੀਆ ਨੂੰ ਆਪਣਾ ਸਾਖ ਆਪਣੀ ਬਹਾਲ ਰੱਖਣੀ ਹੈ, ਕੁਛ ਉਹ ਵੀ ਆਪਣਾ LOC ਤੇ ਖਾਸ ਤੌਰ ਤੇ ਛੇੜਖਾਨੀ ਜਾਰੀ ਰੱਖਦਾ ਹੈ। ਅੱਲਾ ਦਾ ਸ਼ੁਕਰ ਹੈ ਕਿ ਸਾਡੀਆਂ ਅਫਵਾਜ ਜਿਹੜੀਆਂ ਉਹ ਪਹਿਲੇ ਹੀ ਅਲਰਟ ਨੇ ਤੇ ਉਹ ਸਿਲਸਿਲਾ ਤੇ ਹੈ, ਲੇਕਿਨ ਅੰਦਰੂਨੀ ਤੌਰ ਤੇ ਮਤਲਬ ਸਾਡੀ ਹਕੂਮਤ ਜਿਹੜੀ ਹੈ ਉਹਨੂੰ ਕੋਈ ਹਮਾਇਤ ਨਹੀਂ ਮਿਲ ਰਹੀ, ਅਪੋਜੀਸ਼ਨ ਦੀ ਤਰਫੋਂ ਔਰ ਆਵਾਮ ਦੀ ਤਰਫੋਂ ਇੰਨੀ ਹਮਾਇਤ ਨਹੀਂ ਮਿਲ ਰਹੀ। ਹਾਲਾਂਕਿ ਤੁਹਾਨੂੰ ਪਤਾ ਕਿ ਜਿਹੜੀ ਜੰਗਾਂ ਦੀ ਸਿਚੁਏਸ਼ਨ ਹੁੰਦੀ ਹੈ, ਬਗੈਰ ਆਵਾਮ ਦੀ ਹਮਾਇਤ ਨਾਲ ਫੌਜ ਪਾਕਿਸਤਾਨ ਕੁਛ ਨਹੀਂ ਕਰ ਸਕਦੀ। ਫੌਜ ਪਾਕਿਸਤਾਨ ਇਹਨਾਂ ਜੰਗਾਂ 'ਚ ਕੋਈ ਕਿਰਦਾਰ ਅਦਾ ਨਹੀਂ ਕਰ ਸਕਦੀ ਅਗਰ ਆਵਾਮ ਸਾਥ ਨਹੀਂ ਦੇਣਗੇ। ਤੇ ਆਵਾਮ ਦੀ ਤਰਫੋਂ ਤੇ ਇਸ ਵੇਲੇ ਇੰਤਹਾਈ ਅਲਰਟ ਹੈਗਾ, ਮਤਲਬ ਹਕੂਮਤ ਦੀ ਤਰਫੋਂ ਕਿ ਜੋ ਜਿਹੜੇ ਕੁਛ ਇੰਡੀਅਨ ਜਾਸੂਸ ਔਰ ਰਾਹ ਦੇ ਕੁਛ ਏਜੰਟ ਨੇ ਉਹ ਮੁਲਕ ਦੇ ਵਿੱਚ ਕਈ ਇਲਾਕਿਆਂ 'ਚ ਸਪਰੈਡ ਹੋ ਚੁੱਕੇ ਦੇ ਨੇ, ਉਹਨਾਂ ਦਾ ਬੜਾ ਖਤਰਾ ਹੈ, ਖਾਸ ਤੌਰ ਤੇ ਆਪਣਾ ਕਬਾਇਲੀ ਏਰੀਏ 'ਚ ਔਰ ਆਪਣਾ ਜਿਹੜਾ ਬਲੋਚਿਸਤਾਨ ਦੇ ਏਰੀਏ 'ਚ ਜ਼ਿਆਦਾ ਖਤਰਾ ਹੈ। ਜੀ ਹਾਂ, ਅੱਜ ਜਿਸ ਤਰ੍ਹਾਂ ਸਾਡੇ ਪ੍ਰਾਈਮ ਮਿਨਿਸਟਰ ਗਏ ਦੇ ਨੇ ਅਫਗਾਨਿਸਤਾਨ, ਉਹਨਾਂ ਦੀ ਉੱਥੇ ਮੁਲਾਕਾਤ ਹੋਈ ਹੈ ਅਫਗਾਨਿਸਤਾਨ ਦੀ ਹਕੂਮਤ ਦੇ ਨਾਲ, ਤੇ ਉਹਦੇ ਵਿੱਚ ਜ਼ਾਹਿਰ ਹੈ ਇਹਨਾਂ ਚੀਜ਼ਾਂ ਦੇ ਉੱਤੇ ਵੀ ਗੱਲਬਾਤ ਹੋਏਗੀ ਔਰ ਕੋਈ ਨਵੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਸਾਡੇ ਹਾਲ ਤੱਕ ਪ੍ਰੋਪਰ ਐਲਾਨਤ ਆ ਤੇ ਗਏ ਨੇ ਲੇਕਿਨ ਪੂਰੀ ਤਰ੍ਹਾਂ ਨਸ਼ਰ ਨਹੀਂ ਹੋ ਰਹੇ, ਤੇ ਲੇਕਿਨ ਅੰਦਰੂਨੀ ਸਿਚੁਏਸ਼ਨ ਜਿਹੜੀ ਹੈ ਉਹ ਆਵਾਮ ਦੀ ਤਰਫੋਂ ਔਰ ਅਪੋਜੀਸ਼ਨ ਦੀ ਤਰਫੋਂ, ਹਾਲਾਂਕਿ ਅਪੋਜੀਸ਼ਨ ਦਾ ਜਿਹੜਾ ਇਤਿਹਾਦ ਸੀਗਾ ਉਹ ਤੇ ਤਕਰੀਬਨ ਡਿਸਪਰਸ ਹੋ ਚੁੱਕਾ ਹੈ, ਲੇਕਿਨ ਉਹਦੇ ਵਿੱਚ ਇੱਕ ਚੀਜ਼ ਦੇਖੀ ਗਈ ਹੈ ਕਿ ਬੜੀ ਸਖਤੀ ਨਾਲ ਉਹਦੇ ਤੇ ਮਤਲਬ ਲੋਕਾਂ ਨੂੰ ਗੌਰ ਕਰਨਾ ਚਾਹੀਦਾ ਕਿ ਜੋ ਮੌਲਾਨਾ ਸਾਹਿਬ ਜਿਹੜੇ ਸਨ ਉਹਦੇ ਇਤਿਹਾਦ ਦੇ ਸਰਗਰਾ ਔਰ ਉਹਨਾਂ ਦੇ ਇੱਕ ਮੈਂਬਰ ਸਨ ਜਿਹਨਾਂ ਦਾ ਫਾਟਾ ਤੋਂ ਤਲਕ ਹੈ, ਜਿਹੜਾ ਪਾਕਿਸਤਾਨ ਦੇ ਕੌਮੀ ਅਸੈਂਬਲੀ ਦੇ ਮੈਂਬਰ ਵੀ ਨੇ, ਉਹਨਾਂ ਦੇ ਦਰਮਿਆਨ ਝੜਪ ਹੋਈ। ਹਾਲਾਂਕਿ ਇਹ ਦੋਨੋਂ ਅਪੋਜੀਸ਼ਨ ਦੇ ਮੈਂਬਰ ਨੇ ਔਰ ਉਹਨਾਂ ਦੇ ਦਰਮਿਆਨ ਤੇ ਇਤਿਹਾਦ ਅੱਛਾ ਹੋਣਾ ਚਾਹੀਦਾ ਸੀਗਾ, ਲੇਕਿਨ ਇਸ ਮਾਮਲੇ ਦੇ ਅੱਗੇ ਉਹਨਾਂ ਤੇ ਝੜਪ ਹੋ ਗਈ, ਉਹਨਾਂ ਦੇ ਆਪਸ ਵਿੱਚ ਤੋਂ ਕਾਫੀ ਇਖਤਲਾਫਾਤ ਹੋ ਗਏ, ਉਹਦਾ ਕੋਈ ਅੱਛੇ ਨਤਾਇਜ ਨਹੀਂ ਇਹਨਾਂ ਦੇ ਨਿਕਲ। ਜੀ ਜੀ ਸ਼ਕੀਰ ਕਮਰ ਸਾਹਿਬ, ਤੁਹਾਨੂੰ ਆਪਸ ਵਿੱਚ ਝੜਪਾਂ ਨਜ਼ਰ ਆ ਰਹੀਆਂ, ਤੁਹਾਨੂੰ ਇਸਲਾਮਾਬਾਦ ਹੋਣ ਵਾਲੇ ਹੰਗਾਮੇ ਉੱਥੇ ਹੋਣ ਝੜਪਾਂ ਨਜ਼ਰ ਨਹੀਂ ਆ ਰਹੀ, ਉਹਨਾਂ ਦੇ ਬਾਰੇ ਵੀ ਰਾਏ ਦਿਓ ਕਿ ਉਹ ਸਰਕਾਰੀ ਸਰਪ੍ਰਸਤੀ ਜਿਹੜਾ ਕੰਮ ਹੋ ਰਿਹਾ ਉਹ ਇੰਝ ਚੱਲਦਾ ਰਹੇਗਾ, ਜਿਹੜੀਆਂ ਖਾਦਮ ਰਿਜ਼ਵੀ ਸਾਹਿਬ ਨੇ ਜੋ ਹੰਗਾਮਾ ਰਾਹੀਂ ਕੀਤੀ ਹੈ ਉਹ ਤੁਹਾਡੇ ਖਿਆਲ 'ਚ ਕੋਈ ਨੋਟਿਸੇਬਲ ਗੱਲ ਨਹੀਂ ਹੈ? ਜਿਹੜੀ ਕੋਰੋਨਾ ਦੀ ਡਿਸੀਜ਼ ਹੈ ਇਹਦਾ ਮੁਕਾਬਲਾ ਬੜਾ ਸਖਤ ਹੈ ਪੂਰੇ ਮੁਲਕ ਨੂੰ ਹੈ, ਔਰ ਦੂਸਰੀ ਤਰਫੋਂ ਜਿਹੜੀ ਜੰਗੀ ਸਿਚੁਏਸ਼ਨ ਹੈ ਉਹ ਮੇਰਾ ਖਿਆਲ ਜ਼ਿੰਦਗੀ 'ਚ ਕਦੇ ਵੀ ਇੰਨੀ ਸੀਰੀਅਸ ਨਹੀਂ ਸੀ ਜਿੰਨੀ ਇਸ ਵਕਤ ਹੈ। ਪਿਛਲੇ 70-72 ਸਾਲ ਦੇ ਵਿੱਚ ਅਸੀਂ ਕਦੇ ਵੀ ਇਹ ਸਿਚੁਏਸ਼ਨ ਨਹੀਂ ਸੀ ਜਿਹੜੀ ਅੱਜ ਹੋ ਰਹੀ ਹੈ, ਲੇਕਿਨ ਇਸ ਮੌਕੇ ਤੇ ਆ ਕੇ ਤੁਹਾਨੂੰ ਦੱਸੋ ਇੱਕ ਮੁਹਿੱਬੇ ਵਤਨ ਪਾਕਿਸਤਾਨੀ ਦੀ ਹੈਸੀਅਤਾਂ ਦੱਸੋ ਕਿ ਸਾਡੀ ਅਪੋਜੀਸ਼ਨ ਨੂੰ ਔਰ ਆਵਾਮ ਨੂੰ ਇਸ ਮੌਕੇ ਤੇ ਪੂਰੀ ਤਰ੍ਹਾਂ ਫੌਜ ਪਾਕਿਸਤਾਨ ਦਾ ਸਾਥ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ? ਜਿਸ ਤਰ੍ਹਾਂ ਦੀਆਂ ਸਿਆਸੀ ਸਰਗਰਮੀਆਂ ਔਰ ਸਿਆਸੀ ਮੁਖਾਲਫਤ ਔਰ ਹਕੂਮਤ ਦੀ ਮੁਖਾਲਫਤ ਹੋ ਰਹੀ ਹੈ, ਹਕੂਮਤ ਦੀ ਮੁਖਾਲਫਤ ਦਾ ਇਸ ਲਈ ਕੋਈ ਜਵਾਬ ਨਹੀਂ ਮਿਲਦਾ। ਸ਼ਕੀਰ ਕਮਰ ਸਾਹਿਬ, ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਜਿਸ ਜਮਾਤ ਮਜ਼ਹਬੀ ਗਰੋਹ ਨੂੰ ਮਜ਼ਹਬੀ ਇੰਤਹਾ ਪਸੰਦ ਗਰੋਹ ਨੂੰ ਸਾਡੀ ਫੌਜ ਪਾਕਿਸਤਾਨ ਦੀ ਜਾਂ ਕਹਿ ਲਓ ਏਜੰਸੀਜ਼ ਦੀ ਸਪੋਰਟ ਹਾਸਲ ਸੀ, ਜਿਹਨਾਂ ਨੂੰ ਜਾਂ ਧਰਨੇ ਵਿੱਚ ਉਹਨਾਂ ਨੇ ਜਾਣ ਲੱਗੇ, ਉਹਨਾਂ ਪੈਸੇ ਵੀ ਫੜਾਏ, ਉਹਨਾਂ ਸਪੋਰਟ ਵੀ ਸੁਣੇ, ਇਹੀ ਇਲਜ਼ਾਮ ਲਗਾਇਆ ਜਾਂਦਾ ਕਿ ਉਹ ਕਾਫੀ ਸਾਰੀ ਹਮਾਇਤ ਯਾਫਤਾ ਸਨ, ਅਤੇ ਉਹ ਜਨਾਬ ਇਸ ਮੌਕੇ 'ਤੇ ਅਗਰ ਮੁਜ਼ਾਹਰੇ ਕਰ ਰਹੇ ਹਨ ਉਹ ਇਹਨਾਂ ਦੇ ਕਾਬੂ 'ਚ ਨਹੀਂ ਆ ਰਹੇ, ਅਤੇ ਬਾਕੀ ਤਾਂ ਜਨਾਬ ਠੰਡੇ ਹੋ ਕੇ ਬਹਿ ਗਏ ਆਪਣਾ ਇਲੈਕਸ਼ਨ ਹਾਰ ਕੇ ਦੂਸਰੇ ਵਾਲਾ। ਤੁਸੀਂ ਹੋਰ 'ਤੇ ਨੋਟਿਸ ਨਹੀਂ ਕਰ ਰਹੇ, ਮੈਂ ਤੁਹਾਡੇ ਤੋਂ ਇੱਕ ਮਿੰਟ ਚਾਹ ਰਿਹਾ ਸਾਂ ਕਿ ਉਹਨਾਂ ਦੇ ਬਾਰੇ ਤੁਹਾਡੀ ਕੀ ਰਾਏ ਹੈ? ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕੋਈ ਸਬੂਤ ਸਾਹਮਣੇ ਨਹੀਂ ਆਏ, ਤੇ ਤੁਸੀਂ ਸਿੱਧਾ ਹੀ ਆਰਮੀ ਦੇ ਉੱਤੇ ਫੌਜ ਪਾਕਿਸਤਾਨ ਤੇ ਇਲਜ਼ਾਮ ਲਗਾ ਰਹੇ ਕਿ ਉਹਨਾਂ ਨੇ ਉਸ ਮਜ਼ਹਬੀ ਗਰੁੱਪ ਕੋਲੋਂ ਕਰਵਾਇਆ। ਉਹ ਮਜ਼ਹਬੀ ਗਰੁੱਪ ਜਿਹੜਾ ਤੁਹਾਨੂੰ ਪਤਾ ਉਹ ਆਪ ਹੀ ਕਾਫੀ ਹੱਥ ਛੁੱਟਿਆ, ਉਹਨਾਂ ਨੇ ਆਪ ਹੀ ਕੀਤਾ, ਲੇਕਿਨ ਬਟ ਸਾਹਿਬ ਇਸ ਵੇਲੇ ਇਸ ਵਕਤ ਉਹਨਾਂ ਨੇ ਧਰਨਾ ਜ਼ਰੂਰ ਦਿੱਤਾ ਹੈ, 3,000 ਲੋਕਾਂ ਦਾ ਧਰਨਾ ਸੀ ਜਿਹਨਾਂ ਨੂੰ ਅੱਲਾਹ ਤਾਲਾ ਦੀ ਤਰਫੋਂ ਕੋਈ ਹੈਲਪ ਨਹੀਂ ਮਿਲੀ, ਕੋਈ ਮਦਦ ਨਹੀਂ ਉਹਨਾਂ ਦੀ ਹੋਈ। ਇੱਥੇ 3 ਘੰਟੇ ਦੀ ਇੱਥੇ ਤੇਜ਼ ਬਾਰਿਸ਼ ਹੋਈ ਕਿ ਉਹਨਾਂ ਨੇ ਜਾ ਕੇ ਪੁਲਾਂ ਦੇ ਥੱਲੇ ਜਾ ਕੇ ਉਹਨਾਂ ਨੇ ਆਪਣਾ ਆਪ ਨੂੰ ਛੁਪਾਇਆ ਔਰ ਸ਼ੈਲਟਰ ਲਿਆ, ਔਰ ਉਸ ਤੋਂ ਬਾਅਦ ਉਹ ਡਿਸਪਰਸ ਹੋ ਗਏ। ਉਹ ਸਿਰਫ ਨਾ ਆਰਮੀ ਨੇ ਡਿਸਪਰਸ ਕੀਤਾ, ਨਾ ਪੈਸਿਆਂ ਨੇ ਉਹਨਾਂ ਨੂੰ ਡਿਸਪਰਸ ਕੀਤਾ, ਉਹ ਸਿਰਫ ਆਪਣੀ ਆਈ ਤੇ ਜਿਹੜਾ ਨਾ ਅੱਲਾਹ ਤਾਲਾ ਦੀ ਤਰਫੋਂ ਬਾਰਿਸ਼ ਦਾ ਮੁਕਾਬਲਾ ਨਹੀਂ ਕਰ ਸਕੇ ਔਰ ਉਹ ਡਿਸਪਰਸ ਹੋ ਗਏ। ਔਰ ਇਹ ਸਿਲਸਿਲੇ ਜਿਹੜੇ ਨੇ ਇਹ ਉਹ ਐਲੀਮੈਂਟ ਹੈ ਜਿਹੜਾ ਕਦੀ ਵੀ ਖਤਮ ਨਹੀਂ ਹੋਏਗਾ, ਇਹਨਾਂ ਨੂੰ ਜਦੋਂ ਵੀ ਮੌਕਾ ਮਿਲਿਆ ਇਹੋ ਜਿਹੇ ਜਲਸੇ ਜਲੂਸ ਕਰਦੇ ਰਹਿਣਗੇ। ਇਹਨਾਂ ਦਾ ਮੇਨ ਮਕਸਦ ਹੀ ਹੁੰਦਾ ਹੈ ਕਿ ਹਕੂਮਤ ਨੂੰ ਔਰ ਅਫਵਾਜ ਪਾਕਿਸਤਾਨ ਨੂੰ ਕਮਜ਼ੋਰ ਕੀਤਾ ਜਾਏ। ਤੋ ਮੈਨੂੰ ਨਹੀਂ ਲੱਗਦਾ ਕਿ ਅਫਵਾਜ ਪਾਕਿਸਤਾਨ ਸਾਰੀ ਦੁਨੀਆਂ ਨੂੰ ਪੈਸਾ ਦੇਗੀ ਔਰ ਪੈਸਾ ਦੇ ਕੇ ਚੁੱਪ ਕਰਾਉਂਦੀ ਰਹੇਗੀ, ਨਾ ਤੇ ਇਹ ਹੋ ਸਕਦਾ ਨਾ ਹੀ ਕਦੀ ਇਹ ਹੋਇਆ। ਇਹ ਤੇ ਸਿਰਫ ਸਾਡੀ ਪਰਸੈਪਸ਼ਨ ਹੈ ਜਾਂ ਇੱਕ ਮਖਸੂਸ ਹਲਕੇ ਨੇ ਜਿਹੜੇ ਇਸ ਤਰ੍ਹਾਂ ਤੋਜੋ ਦਿੰਦੇ ਨੇ ਜਿਹੜੇ ਗੱਲਾਂ ਕਰਦੇ ਨੇ।
जी भट्ट साहब ठीक जी, बहुत शुक्रिया जी शहजाद अहमद शहजाद साहब तुहाडी तरफों आवांगा जनाब। ये दसो कि जी सर प्राइम मिनिस्टर गए ने अफगानिस्तान के दौरे पर, तो की समझते जी कि सानू की तवक्कोआत रखनी चाहिए या की तब्दीली आ सकती है इन्होंने दौरे के नाल? बुनियादी गल तो देखो जी अमनो अमान है, और अमनो अमान अगर होएगा तो पूरी दुनिया च अमन होएगा। यह हम अमनो अमान सिर्फ पाकिस्तान अफगानिस्तान ईरान या इस खिते का वो नहीं है, पूरी दुनिया का अमनो अमान है। तो अज भी जरा प्राइम मिनिस्टर का विजिट सी काबुल दे विच, वो बहुत सारी गल्लां, असल तो यही है कि अमनो अमान दोवां मुल्कां दे विच किस तरह रखे जा, दोवां मुल्कां दे तल्लुकात किस तरह रखे जा। मैं गल करना चाहवांगा कि सियासी हालात जिहड़े अज पाकिस्तान दे ना, इस वेले साडी ओपोजिशन उसनू मद्देनजर बिल्कुल नहीं रख रही। तो जिस तरह अज की शायद तुहानू पता नहीं खबर हैगी कि इंडियन मीडिया ने अज सर्जिकल स्ट्राइक्स का बहुत रौला पाया रहा अपने मीडिया के उत्ते, और बहुत सारा इंडियन मीडिया इस गल नू बड़ा चुकदा रहा कि पाकिस्तान के उत्ते सर्जिकल स्ट्राइक होया। वो बाद चो हालांकि उन्होंने किसी मिलिट्री के बंदे ने आके वजाहत भी दी कि नहीं होया, लेकिन इंडिया मीडिया रोला यही पाई रखे उन्हें कहा जी सर्जिकल स्ट्राइक कर दी है। गल यही कि साढ़े हालात है अकाबरीन जे, अगर अल्लाह उन्होंने कुछ फहम दे तो पाकिस्तान के बारे सोचन, इतने सिर्फ वो अपनी जात के बारे में सब सोच रहे हैं। नवाज शरीफ साहब अपनी जात के बारे सोच रहे हैं, बिलावल भट्टो अपनी जात सियासत चमकाने के चक्कर च है, मौलाना अपना एक वो उन्होंने अपना एक हिसाब किताब है कि उन्होंने इस वे सीटा नहीं मिली, वो गुस्सा हाले तक कभी जा रही। गल यही है कि सबन मिलजुल के रहना चाहिए, मुल्क दे इस वे जिस शदीद और शिकार है सियासी बदहाली का, उन्हें आपस इन्हों मिलजुल के तय करना चाहिए। तो और वास्ते इन्हों अपनी जड़ी पर्सनली सियासत है ना, जो इन्होंने मद्देनजर है उन्होंने परे छड के सिर्फ मुल्की सियासत मद्देनजर रखन, लेकिन और इमकान सानू अज तक ना कभी कभी पहले नजर आया है। तुसी देख लो कि भट्टो के दौर च जो 77 की तहरीक सी उदो की होया, उस तो बाद दूसरे हालात देख लो, जियाउल हक दे वेख लो, मुशरफ दे वेख लो, होर देख लो बहुत सारे हालात के सियासी अदम इस्तेहकाम जड़ा ना वो साडे मुल्क दे नाल इक जुड़ गया। और अगर कोई बंदा मुल्क की खिदमत भी करना चाह रहा है ना, तो दूसरे जिहड़ी ओपोजिशन पार्टी है ना उन्होंने बिल्कुल नहीं करन दे रही है। यह साडा इस वेले मतमा नज़र है पूरी कौम का कि खुदारा यह सारे मिलजुल के पाकिस्तान के बारे च सोचन, लेकिन कोई नजर नहीं आ रहा है मिलजुल के सोचन। बिल्कुल शहजाद साहब तुसीं सही दस्सिया है ना, सही फरमाया कि जिस तरह पाकिस्तानी कौम जिहड़ी है ना, मतलब उहदे ते सानूं कोई शक नहीं गा, बड़ी मजबूत कौम है और बड़ी मुहब्बे वतन कौम है, आवाम दे विच बड़ा जज्बा है मुल्क और कौम का, मतलब अपने आप नूं हमेशा उन्होंने मतलब मुल्क दी सरहदां दी हिफाजत लई अपनी कुर्बानियां भी दित्तियां है, हर तरह की एक्टिविटीज हिस्सा लिया है, लेकिन पता नहीं आके हूँ थोड़े जे चंद एक लोग ने चंद महदूदे जे मतलब ये जो अपोजिशन दार्टियां 11 इकट्ठिया हुई हैं, जिन्हों जो 3-4 एक्टिव पार्टियां ने, बाकी तो बराए नाम ने, और वो भी जी एक्टिव पार्टियां ने उन्होंने साफ नजर आ रहे हैं कि उन्होंने जाती मामले ने, उन्होंने सिर्फ सीटा नहीं मिली किसी विद्वास जी भी अपने मुकदमा जी। हाँ जी भट्ट साहब, जी जी अच्छा भट्ट साहब आ गए ने कि नहीं आए? अच्छा कहना चाह रहा था कि तुसी फिर चले गए, मैं कहना चाह रहा था कि तुसी नवाज शरीफ का बयान है देख लो ना, गिलगित पिट गया, गिलगित दे आवाम ने सियासी तौर पे पीपल्स पार्टी नू और नू नून लीग नू मुस्तरद कर देता है। तो तुम पता है कि गिलगित दे विच हर कार्य की फौजी मौजूद, हर कार्य की फौजी मौजूद है, और जी मतलब हार के भी ये नहीं मन रहे है कि सानू हार हुई है, वो हार के भी उन्हें अपनी जीत कह रहे हैं, मतलब मैं ये नहीं स्ट्रेटेजी नहीं समझ आ रही। मरियम नवाज के बयान तुम देख लो, वो कह रहे ने हार साड़ी साड़ी जीत हैगी, जितना लोगों ने सानू वोट दिता है साढ़े से इतमाद किया, मैं समझ नहीं आ रही है कहो जहाँ इतमाद है कि बंदा उन्होंने कोई नहीं जितया, दो एक अद्धी सीट उन्होंने मिली है, लेकिन आवाम का इतमाद उन्होंने है, यानी यह सिर्फ अपना अपने अपना जरा
ਉਹਨਾਂ ਦਾ ਵਰਸ਼ਨ ਹੈ ਨਾ, ਔਰ ਜੇ ਉਹਨੂੰ ਮਤਲਬ ਜ਼ਿੰਦਾ ਰੱਖਣ ਲਈ ਔਰ ਆਪਣੀ ਹੰਗਾਮੇ ਨੂੰ ਜਾਰੀ ਰੱਖਣ ਲਈ, ਤਾਂ ਕਿ ਗਵਰਨਮੈਂਟ ਕਿਸੇ ਨਾ ਕਿਸੇ ਸੂਰਤ ਗਵਰਨਮੈਂਟ ਕਨਫਿਊਜ਼ ਹੋਵੇ ਤੇ ਉਹਨਾਂ ਨੂੰ ਕੋਈ ਨਾ ਕੋਈ ਜਿਹੜੇ ਰਿਆਇਤ ਦੇਵੇ ਉਹਨਾਂ ਦੇ ਮੁਕਦਮਾਤ ਵਿੱਚ। ਇਹ ਸਿਰਫ 8-10 ਬੰਦੇ ਨੇ ਜਿਹਨਾਂ ਦੇ ਜ਼ਿਆਦਾ ਮੁਕਦਮਾਤ ਨੇ, ਉਹ ਆਪਣੇ ਮੁਕਦਮਾਤ ਲਈ ਜਿਹੜਾ ਨਾ ਮਤਲਬ ਉਸ ਨੂੰ ਐਕਟਿਵ ਨੇ। ਜੀ ਬਟ ਸਾਹਿਬ ਸਰ ਮਕਸਦ ਇਹੀ ਹੈ ਕਿ ਗਵਰਨਮੈਂਟ ਕਿਸੇ ਵੀ ਤਰ੍ਹਾਂ ਸਟੇਬਲ ਨਾ ਹੋਵੇ, ਗਵਰਨਮੈਂਟ ਨਾ ਹੋਵੇ ਹੋਏਗੀ ਤੇ ਉਹਨਾਂ ਵਾਸਤੇ ਨਾ ਉਹਨਾਂ ਦਾ ਨੁਕਸਾਨ ਇਸ ਤਰ੍ਹਾਂ ਹੋਵੇ ਕਿ ਉਹਨਾਂ ਨੂੰ ਮੁਸਤਕਬਿਲ ਇਹਨਾਂ ਦਾ ਮਖਦੂਸ਼ ਹੋ ਕੋਈ ਥੋੜੀ ਟੈਕਨੀਕਲੀ ਪ੍ਰੋਬਲਮ ਹੈ, ਬਾਰ ਬਾਰ ਸਾਡਾ ਸਿਲਸਿਲਾ ਟੁੱਟ ਰਿਹਾ ਸੀ ਨਾ, ਅਸੀਂ ਬੜੀ ਕੋਸ਼ਿਸ਼ ਕੀਤੀ ਸੀ ਕਿ ਸਾਡਾ, ਕਿਉਂਕਿ ਅਸੀਂ 2-3 ਮੁਖਲਿਫ ਮੁਲਕਾਂ ਤੋਂ ਬੈਠ ਕੇ ਅਸੀਂ ਪ੍ਰੋਗਰਾਮ ਕਰ ਰਹੇ ਸਾਂ ਤੇ ਸਾਡੇ ਇਹ ਸਿਲਸਿਲਾ ਜਿਹੜਾ ਸਾਨੂੰ ਬਾਰ ਬਾਰ ਡਿਸਟਰਬ ਹੋ ਰਿਹਾ ਸੀ, ਤੇ ਅਸੀਂ ਜਨਾਬ ਜਿਹੜਾ ਨਾ ਇਸ ਨੂੰ ਪ੍ਰੋਗਰਾਮ ਨੂੰ ਅਸੀਂ ਵਾਇੰਡ ਅਪ ਤਰਫ ਜਾ ਰਹੇ, ਕਿਉਂਕਿ ਅਸੀਂ ਫਤਿਹ ਥੋੜ੍ਹਾ ਮੁਸ਼ਕਿਲ ਪੇਸ਼ ਆ ਰਿਹਾ ਇਸ ਨੂੰ ਕੈਰੀਅਰ ਨੂੰ ਕਰਨਾ, ਤੇ ਇਨਸ਼ਾਅੱਲਾ ਅਗਲੀ ਜਮਾਨਾ ਫਿਰ ਹਾਜ਼ਰ ਹੋਵਾਂਗੇ, ਬਿਹਤਰ ਇੰਤਜ਼ਾਮਾਤ ਕਰਕੇ ਆਵਾਂਗੇ, ਚੱਲਦਾ ਰਹੇ ਤੇ ਬਹੁਤ ਸ਼ੁਕਰ ਤੱਕ ਇਜਾਜ਼ਤ। ਅਸਲਾਮ ਵਾਲੇਕੁਮ, ਅੱਲਾ ਹਾਫਿਜ਼, ਬਹੁਤ ਸ਼ੁਕਰੀਆ।